ਬਾਰੇ ਵਾਲੇ ਕੀਤੇ ਬਾਵਾ ਖੱਟੀ ਜਾਂਦੇ ਨੇ, ਵਿੱਚ ਗਰਾਉਂਡੀ ਪੁੱਤ ਪੰਜਾਬੀ ਧੂੜਾ ਪੱਟੀ ਜਾਂਦੇ ਨੇ, ਵਿੱਚ ਗਰਾਉਂਡੀ ਪੁੱਤ ਪੰਜਾਬੀ ਧੂੜਾ ਪੱਟੀ ਜਾਂਦੇ ਨੇ। ਸਾਹਮਣੇ ਬਲਨ ਪਿੰਡ ਦਾ ਨੌਜਵਾਨ ਮੱਖਣ ਰੇਡ ਪਾਉਣ ਲਈ ਵਾਧਾ ਹੋਇਆ, ਚਾਰ ਜਾਫੀ ਮੋਗੇ ਪਿੰਡ ਦੇ ਕਿ ਨਾਲੇ ਬੁਲਟ ਮਿਲੂ ਨਾਲੇ ਸਪਾਰੀ, ਨਾ ਲੋਕੋ ਵਾਲਾ ਤੇਰਾ ਬੋਲੂ ਬਾਰੀ ਬਾਰੀ, ਜਿਹੜਾ ਕਹਿੰਦਾ ਸੱਚੀ ਗੱਲ ਵੀ ਮੁੰਡਿਆ ਸਾਡ ਨਸਿਆਂ ਦਾ ਖਹਿੜਾ ਆ ਜਾ ਪੌਡੀ ਵੱਲ ਵੀ, ਮੁੰਡਿਆ ਸਾਡ ਨਸਿਆਂ ਦਾ ਖਹਿੜਾ ਆ ਜਾ ਪੌਡੀ ਵੱਲ ਵੀ। ਲੈ ਨਿਰਮਲ ਸਿਆ ਕਰ ਇਸ ਨੌਜਵਾਨ ਦੀ ਸਿਫਤ। ਲੈ ਸਾਹਮਣੇ ਵਿਖਦਾ ਵੀ ਸਾਹਿਬੀ ਦੀ ਬਹੁਤ ਛੋਟੀ ਉਮਰ ਆ, 20 ਮਾਹ ਲੰਘ ਗਿਆ 21 ਮਾਹ ਸਾਲ ਚੜਿਆ, 20 ਮਾਹ ਲੰਘ ਗਿਆ 21 ਮਾਹ ਸਾਲ ਚੜਿਆ, ਕਦ ਕਾਠ ਹੈ ਸਾਹਿਬੀ ਨੇ ਕਮਾਲ ਕਰਿਆ, ਪਾਉਂਦਾ ਇੱਕ ਵੱਡੀ ਅਗੰਦੇ ਕਦ ਕਾਠ ਹੈ ਮੁੰਡੇ ਨੇ ਕਮਾਲ ਕਰਿਆ, ਚੜ ਗਈ ਜਵਾਨੀ ਅਥਰੀ ਹੈ ਸਾਹਿਬੀ ਤੇ, ਪਾਉਂਦਾ ਇੱਕ ਵੱਡੀ ਥਾਪੀ ਮਾਰ ਪੱਟ ਤੇ, ਚੜ ਗਈ ਜਵਾਨੀ ਅਥਰੀ ਹੈ ਜੱਟ ਤੇ, ਪਾਉਂਦਾ ਇੱਕ ਵੱਡੀ ਥਾਪੀ ਮਾਰ ਪੱਟ ਤੇ। ਉਮਰ ਛੋਟੀ ਮੱਲਾਂ ਵੱਡੀਆਂ ਮਾਰਨ ਦੀ ਕੋਸ਼ ਕਰਦੇ, ਅਗਲੀ ਕਬੱਡੀ ਫਿਰ ਮੈਂ ਵੇਖਦਾ ਵੀ ਤਲਵੰਡੀ ਵਾਲਾ ਗੱਭਰੂ ਪਾਰੇ, ਲੈ ਪਾਲੀ ਹਰ ਤਿਆਰੀ, ਸਾਹਮਣੇ ਵੇਖਦਾ ਪਿੰਡਰਾਂ ਵਾਲਾ ਬਹੁਤ ਹੀ ਖਤਰਨਾਕ ਜਾਪੀ ਗੋਲਡੀ, ਕਿਹੜਾ ਗੱਭਰੂ ਜਫਾ ਮਾਰੇਗਾ, ਆ ਟੁੱਟ ਕੇ ਪਾਉਂਦਾ ਗੱਭਰੂ, ਖਿੱਚਦਾ ਆ ਸੁਰਤ ਆਪਣੇ ਵੱਲ ਨੂੰ। ਹਾਂ ਆ ਜੀ ਵਾ, ਇੱਕ ਮਠੂਰ ਵਾਲੀ ਯਾਦ ਕਰਕੇ ਵਿਖਾਈ ਹੈ, ਕਹਿੰਦੇ ਜਾਫੀਆਂ ਚੋਂ ਜਾਫੀ ਯਾਰੋ, ਇੱਕ ਮਠੂਰ ਦਾ ਰਾਹ ਬੰਦ ਕਰ ਦਿੰਦਾ, ਰੇਡਰ ਮਸ਼ਹੂਰ ਦਾ ਰਾਹ ਬੰਦ ਕਰ ਦਿੰਦਾ, ਰੇਡਰ ਮਸ਼ਹੂਰ ਦਾ। ਕਹਿੰਦੇ ਮਾਲਵੇ ਨੂੰ ਮਾਨ ਹੈ, ਪਹਿਲਾ ਟਰੈਕਟਰ ਮਾਲਵੇ ਜਿੱਤ ਕੇ ਆਏ, ਔਰ ਤਿੰਨ ਵਰਲਡ ਕੱਪ ਹੋਏ, ਤੇ ਜਿਹੜੇ ਪੰਜ ਟਰੈਕਟਰ ਹੈ ਉਹ ਦੁਆਬੇ ਚ ਗਏ ਹੈ, ਜੋ ਖੀਰਾ ਵਾਲੀ ਅਗਲ ਜੀ ਲੈ ਗਿਆ ਉਹ ਲੈ ਗਿਆ, ਔਰ ਦੱਸਦੇ ਵੀ ਮੰਗੀ ਬੱਗੇ ਪਿੰਡ ਵਾਲਾ, ਇੱਕ ਲੈ ਗਿਆ ਮਰਸੀਆਂ ਦਾ ਤਜੀਤਾ, ਤੇ ਪਹਿਲਾ ਟਰੈਕਟਰ ਇਸ ਕਿਸਮ ਦਾ ਵੀ ਮਾਲਵੇ ਚ ਪਹੁੰਚਾਏ, ਇੱਕ ਮਠੂਰ ਨੇ ਆਪਣੇ ਮਾਲਵੇ ਦਾ ਸਿਰ ਚੱਕ ਦਿੱਤਾ, ਆ ਦੁਆਬੇ ਵਾਲਾ ਗੱਭਰੂ ਫਿਰ ਇਸ ਮੱਖਣ ਸਿੰਘ ਕਬੱਡੀ ਪਾ ਰਿਹਾ। ਹਾਂ ਪਰ ਨਹੀਂ ਮੰਨਦਾ ਅਕਬਾਲ ਸਿੰਘ ਮਧੋਕਾਲ, ਕਹਿੰਦਾ ਅੰਗ ਤਾਵੀ ਦੇ ਹਿੱਸੇ। ਅਗਲੀ ਗੱਲ ਮੈਚ ਤੇ ਕੀ ਜੀ, ਜਿੰਨੀਆਂ ਵੀ ਓਪਨ ਦੀਆਂ ਟੀਮਾਂ ਸਾਡੇ ਵਿਚਕਾਰ ਪੁੱਜੀਆਂ ਉਹ ਆਪੋ ਆਪਣੀ ਐਂਟਰੀ ਕਾਊਂਟਰ ਤੇ ਕਰਵਾ ਦਿਓ, ਓਪਨ ਦੀਆਂ ਟੀਮਾਂ ਜਿੰਨੀਆਂ ਵੀ ਪੁੱਜੀਆਂ ਉਹ ਆਪੋ ਆਪਣੀ ਐਂਟਰੀ ਕਾਊਂਟਰ ਤੇ ਕਰਵਾ ਦਿਓ ਨਿਰਮਲ ਸਿੰਘ ਜੀ। ਹਾਂਜੀ ਲਓ ਸਾਹਮਣੇ ਵਿਖਦਾ ਫਿਰ ਨਜ਼ਾਰਾ ਵੱਖਰਾ ਏ, ਬਹੁਤ ਹੀ ਤੇਜ ਤਾਕ ਮੁੰਡਾ, ਚੁਸਤੀ ਫੁਰਤੀ ਦਾ ਮਾਲਕ, ਫੁਰਤੀ ਦਾ ਕੰਮ ਖੇਡ ਕਬੱਡੀ, ਭਿੜਨਾ ਝੋਟੇ ਦਾ, ਫੁਰਤੀ ਦਾ ਕੰਮ ਖੇਡ ਕਬੱਡੀ, ਭਿੜਨਾ ਝੋਟੇ ਦਾ, ਸੀਦਾਰੇ ਦੀ ਕੁਸਤੀ ਪੱਕਾ ਸਾਧ ਲੰਗੋਟੇ ਦਾ, ਤੰਦਰੁਸਤੀ ਦਾ ਮੇਲਾ ਨਹੀਂ ਬਿਮਾਰਾਂ ਦਾ, ਤੂੰ ਮੇਲੀ ਵੇਖ ਬਣ ਕੇ ਵੇਖ ਸੋਹਣਿਆ ਮੇਲਾ ਯਾਰਾਂ ਦਾ, ਤੂੰ ਮੇਲੀ ਬਣ ਕੇ ਵੇਖ ਮਿੱਤਰਾ ਮੇਲਾ ਯਾਰਾਂ ਦਾ, ਤੰਦਰੁਸਤੀ ਦਾ ਮੇਲਾ ਲੱਗਿਆ ਏ। ਪਾਲੀ ਨੇ ਕੋਸ਼ ਕੀਤੀ ਗਿੱਟੇ ਫੜਨ ਦੀ ਪਰ ਨਹੀਂ ਫੜਿਆ, ਕਹਿੰਦੇ ਸੌਖੀ ਹੁੰਦੀ ਨੀ ਕਬੱਡੀ ਵਿੱਚ ਖੁੱਚ ਫੱਟਣੀ ਤੇ ਲਾਉਣੀ, ਧਾਕ ਮਿੱਤਰੋ ਤਾਂ ਮਿਹਨਤਾਂ ਦੇ ਨਾਲ ਸਾਰੇ ਲੱਗਦੇ ਖਾ ਕੇ ਖੁਰਾਕ ਮਿੱਤਰੋ। ਔਰ ਬਹੁਤ ਹੀ ਵਧੀਆ ਅੰਕ, ਔਰ ਸਾਹਮਣੇ ਗੁਰਦੀਪ ਸਿੰਘ ਫੌਜੀ ਦੇ ਸਪੁੱਤਰ ਨੇ ਆਪਣੀ ਟੀਮ ਦੇ ਹਿੱਸੇ, ਜੁੜਤਾ ਵੀ ਘਟਾ ਕਾਲੀਆਂ ਛਾਈਆਂ, ਵਰਦਾ ਨੂਰ ਫੌਜੀ ਆਵੇ, ਹਜੇ ਤਰੀਕਾਂ ਆਉਣ ਤੇਰੇ ਦੀਆਂ, ਦੂਰ ਫੌਜੀ ਆਵੇ, ਘਟਾ ਕਾਲੀਆਂ ਛਾਈਆਂ, ਵਰਦਾ ਨੂਰ ਫੌਜੀ ਆਵੇ। ਇਸ ਵਕਤ ਨੂਰ ਵਰਦਾ ਕਬੱਡੀ ਦਾ, ਔਰ ਕਹਿੰਦੇ ਇਸ ਵਕਤ ਮੁੰਡਾ ਪਿੰਡਰਾਂ ਵਾਲਾ ਰੱਖਦਾ ਧੌਣ ਤੇ ਹੱਥ, ਪਿੰਡਰਾਂ ਵਾਲਾ ਗੋਲਡੀ ਕਮਾਲ ਕਰਦਾ, ਮਾਰ ਮਾਰ ਧੌਲਾਂ ਗਿੱਚੀ ਲਾਲ ਕਰਦਾ, ਪਿੰਡਰਾਂ ਦਾ ਗੱਭਰੂ ਕਮਾਲ ਕਰਦਾ। ਅੱਜ ਮੋਗੇ ਦੀ ਟੀਮ ਦੇ ਹਿੱਸੇ ਧੜਾਤੜ ਅੰਕ ਜੋੜਦਾ ਏ, ਠਿੱਕ ਦੇ ਜ਼ੋਰ ਤੇ ਕਬੱਡੀ ਖੇਡੀ ਜਾਂਦੀ ਹੈ, ਵੀ ਗੁਰੂਆਂ ਸਾਨੂੰ ਦਿੱਤਾ ਏ ਵਰਦਾਨ ਕਬੱਡੀ ਦਾ, ਗੁਰੂਆਂ ਸਾਨੂੰ ਦਿੱਤਾ ਏ ਵਰਦਾਨ ਕਬੱਡੀ ਦਾ, ਔਰ ਪੂਜਣ ਯੋਗ ਹੁੰਦਾ ਏ ਕੰਗ ਮੈਦਾਨ ਕਬੱਡੀ ਦਾ, ਹੁਣ ਹਰ ਮਾਂ ਦੀ ਇਹ ਇੱਛਾ ਏ ਵੀ ਵੱਡਾ ਹੋ ਕੇ ਮੇਰਾ ਪੁੱਤ ਵੀ
ਬਣ ਜਾਏ ਕਪਤਾਨ ਕਬੱਡੀ ਦਾ ਹੁਣ ਹਰ ਮਨ ਦੀਏ ਇਸ਼ਾਏ ਵੀ ਵੱਡਾ ਹੋ ਕੇ ਮੇਰਾ ਪੁੱਤ ਵੀ ਬਣ ਜਾਏ ਕਪਤਾਨ ਕਬੱਡੀ ਦਾ। ਹਾਂਜੀ ਸਾਹਮਣੇ ਬਦਲ ਪਿੰਡ ਦਾ ਨੌਜਵਾਨ ਮੱਕੜ ਰੇਡ ਪਾਉਣ ਲਈ ਵਾਧਾ ਹੋਇਆ, ਚਾਰ ਜਾਫੀ ਮੋਗੇ ਪਿੰਡ ਦੇ, ਇੱਕ ਕੰਨੀ ਤੇ ਪਿੰਡ ਪਿੰਡ ਦਾ ਗੋਲਡੀ ਤੇ ਦੂਜੀ ਕੰਨੀ ਤੇ ਮੋਗੇ ਪਿੰਡ ਦਾ ਪਾਲੀ। ਕੌਣ ਲਾਊ ਤਕੜਾ ਜੱਫਾ ਕਿ ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ, ਇਸ ਦੇ ਵਿੱਚ ਹੀ ਵਸਦੀ ਲੋਕੋ ਜਾਣ ਪੰਜਾਬੀਆਂ ਦੀ, ਵਿੱਚ ਮੈਦਾਨੇ ਭਿੜਨਾ ਹੁੰਦਾ ਤੰਮ ਦਲੇਰਾਂ ਦਾ, ਖੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ, ਖੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ। ਸਾਹਮਣੇ ਅਮਣਾ ਨੌਜਵਾਨ ਚੰਦ ਪੁਰਾਣੇ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ, ਚਾਰ ਜਾਫੀ ਤਲਵੰਡੀ ਮਲੀਆਂ ਪਿੰਡ ਦੇ, ਕਿ ਗੁਰਪਿੰਦੇ ਦੀ ਭਾਜ ਜੀਵਨ ਦੀ ਡਾਜ ਬੜੀ ਪਿਆਰੀ ਲੱਗਦੀ ਏ, ਹਰਦੇਵ ਠੱਕਰ ਝੰਡੇ ਦਾ ਜੱਫਾ ਲੱਗਣਾ, ਸੋਨੂ ਜੰਬ ਦਾ ਉੱਤੋਂ ਦੀ ਟੱਪਣਾ ਗੱਲ ਨਿਆਰੀ ਲੱਗਦੀ ਏ, ਪਾਲੇ ਦਾ ਫੜਨਾ ਇੱਕ ਮੁੰਡਾ ਚੜ੍ਹਨਾ ਦੋਨੇ ਕਮਾਲ ਕਰਦੇ ਨੇ, ਕੀਪਾ ਪਲੂਰ ਹਿੰਦਾ ਸਕੂਰ ਮਾਰ ਮਾਰ ਗਿੱਚੀ ਲਾਲ ਕਰਦੇ ਨੇ, ਲਿਖਦਾ ਕੀਤਾ ਬਾਰੇ ਬਾਲਾ ਸ਼ਾਨ ਕਬੱਡੀ ਦੀ, ਜੁਗਾ ਜੁਗਾ ਤੱਕ ਬਣੀ ਰਹੇ ਪਛਾਣ ਕਬੱਡੀ ਦੀ, ਜੁਗਾ ਜੁਗਾ ਤੱਕ ਬਣੀ ਰਹੇ ਪਛਾਣ ਕਬੱਡੀ ਦੀ। ਕਿਹੜੀ ਟੀਮ ਜਿੱਤ ਗਈ ਵੀਰੇ? ਹਾਂਜੀ ਆਪਾਂ ਹੁਣੇ ਹੀ ਰਿਜ਼ਲਟ ਸਾਂਝਾ ਕਰਦੇ ਹਾਂ। ਜੁਗਾ ਜੁਗਾ ਤੱਕ ਚੱਲਦੀ ਰਹੇ ਇਹ ਬਾਤ ਕਬੱਡੀ ਦੀ, ਉੱਚੀ ਹੋ ਜੇ ਯਾਰੋ ਕਹਿੰਦੇ ਸ਼ਾਨ ਕਬੱਡੀ ਦੀ, ਜਿੱਥੇ ਗਏ ਪੰਜਾਬੀ ਲੈ ਗਏ ਨਾਲ ਕਬੱਡੀ ਨੂੰ, ਜੁਗਾ ਜੁਗਾ ਤੋਂ ਕਰਦੇ ਆਏ ਪਿਆਰ ਕਬੱਡੀ ਨੂੰ, ਜਿੱਥੇ ਗਏ ਪੰਜਾਬੀ ਲੈ ਗਏ ਨਾਲ ਕਬੱਡੀ। ਹਾਂਜੀ ਜੀ ਚੱਲਦੇ ਮੈਚ ਦੇ ਵਿੱਚੋਂ ਤਲਵੰਡੀ ਮੱਲੀਆਂ ਦੀ ਟੀਮ ਦੇ ਅੰਕ ਨੇ 12.5 ਤੇ ਅਕਾਲਸਰ ਮੋਗਾ ਦੀ ਟੀਮ ਨੇ ਅੰਕ ਨੇ 20, ਇਸ ਦੇ ਵਿੱਚੋਂ ਅਕਾਲਸਰ ਮੋਗਾ ਦੀ ਟੀਮ ਬਾਜੀ ਮਾਰ ਗਈ ਅਕਾਲਸਰ ਮੋਗਾ। ਅਗਲੀਆਂ ਟੀਮਾਂ ਲਾ ਸਕਦੇ ਆ, ਨਾਲ ਹੀ ਮੇਰੀ ਬੇਨਤੀ ਵੀ ਗਰਾਊਂਡ ਦੇ ਵਿੱਚ ਜਿਹੜੇ ਸਾਡੇ ਸਕੋਰਮੈਨ ਦੀ ਡਿਊਟੀ ਦੇ ਰਹੇ ਨੇ ਵੀਰ ਜੀ ਬਾਈ ਪਾਲੇ ਹੁਣੀ, ਆ ਨਾਲ ਹੀ ਡਾਕਟਰ ਸਾਹਿਬ ਬੈਠੇ ਨੇ, ਚਾਹ ਜਿਹੜੀ ਗਰਾਊਂਡ ਦੇ ਵਿੱਚ ਪਹੁੰਚਦੀ ਕਰ ਦਿਓ ਜੀ। ਇਹ ਬੜੀ ਡਾਕਟਰ ਸਾਹਿਬ ਭੈੜੀ ਬਿਮਾਰੀ ਆਪਾਂ ਨੂੰ ਚਾਹ ਦੀ ਲੱਗੀ ਆ, ਅੰਗਰੇਜ਼ ਆਪਦਾ ਪੀਣੋ ਹਟ ਕੇ ਤੇ ਜਾਂਦੇ ਜਾਂਦੇ ਆਪਾਂ ਨੂੰ ਚਾਹ ਦੀ ਬਿਮਾਰੀ ਲਾ ਗਏ, ਕਿਉਂਕਿ ਇਹ ਬੜੀ ਮਹਿੰਗੀ ਹੋ ਗਈ ਆ ਤੇ ਪੀਣੋ ਆਪਾਂ ਫੇਰ ਨਹੀਂ ਹਟਦੇ। ਕਹਿੰਦੇ 280 ਰੁਪਏ ਕਿਲੋ ਆਉਂਦੀ, ਹੁਣ ਗੱਲ ਚਾਹ ਦੀ ਕਰਨ ਲੱਗਾ, 280 ਰੁਪਏ ਕਿਲੋ ਆਉਂਦੀ, ਬੇਬੇ ਚੁਟਕੀ ਨਾਲ ਹੈ ਪਾਉਂਦੀ ਤੇ ਰੇਟ ਵਧਾ ਤੇ ਚਾਹਾਂ ਨੇ, ਆ ਕੀ ਦੁਨੀਆਂ ਦਾ ਹਾਲ ਫੂਕ ਤੇ ਗੱਭਰੂ ਚਾਹਾਂ ਨੇ, ਆ ਕੀ ਦੁਨੀਆਂ ਦਾ ਹਾਲ ਫੂਕ ਤੇ ਗੱਭਰੂ ਚਾਹਾਂ ਨੇ। ਚਾਹ ਗਰਾਊਂਡ ਵਿੱਚ ਪਹੁੰਚ ਜੀ ਕਰੋ ਜੀ, ਬਹੁਤ ਮਿਹਰਬਾਨੀ, ਡਾਕਟਰ ਸਾਹਿਬ ਵੱਲੋਂ ਬਹੁਤ ਵੱਡਾ ਮਾਨ, ਬੋਲਾ ਤੋਂ ਖੁਸ਼ ਹੋ ਕੇ ਪਹੁੰਚਾਏ, ਬਹੁਤ ਮਿਹਰਬਾਨੀ, ਸ਼ੁਕਰੀਆ। ਔਰ ਚਾਹ ਧਾਲੀਵਾਲ ਟੈਂਟ ਵਾਲੇ ਸੇਵਾਦਾਰਾਂ ਨੂੰ ਬੇਨਤੀ ਹੈ ਵੀ ਗਰਾਊਂਡ ਵਿੱਚ ਪਹੁੰਚਦੀ ਕਰੋ ਜੀ, ਦੋ ਪੱਤੇ ਚਾਹ ਦੇ ਪਤੀਲਾ ਪਾਣੀ ਦਾ, ਕਹਿੰਦਾ ਦੋ ਪੱਤੇ ਚਾਹ ਦੇ ਪਤੀਲਾ ਪਾਣੀ ਦਾ, ਗਰਾਊਂਡ ਚ ਕਲੇਸ਼ ਪਾਇਆ ਖਸਮਾਂ ਨੂੰ ਖਾਣੀ ਦਾ। ਆ ਸਾਰੇ ਝੱਗੇ ਪਾੜੀ ਜਾਂਦੇ ਵੀ ਚਾਹ ਬੋਲਦੇ ਛੇਤੀ ਚਾਹ ਪਹੁੰਚਦੀ ਕਰਦੇ, ਕਿਉਂਕਿ ਬੜੀ ਭੈੜੀ ਬਿਮਾਰੀ ਆ। ਟੀਮਾਂ ਨੂੰ ਬੇਨਤੀ ਵੀ ਜਲਦੀ ਜਲਦੀ ਟੀਮਾਂ ਅਗਲੇ ਮੈਚਾਂ ਦੀਆਂ ਪਹੁੰਚ ਜਾਣ ਗਰਾਊਂਡ। ਹਾਂ ਕਬੱਡੀ 70 ਕਿਲੋ ਦਾ ਇੱਕ ਸੈਮੀ ਹੋ ਰਿਹਾ, ਔਰ ਇਸ ਮੈਚ ਚੋ ਮੁਕਾਬਲਾ ਆਪਣੇ ਪਿੰਡ ਦੀ ਟੀਮ ਜਿੱਤ ਗਈ ਹੈ ਜੀ। ਪਹਿਲੇ ਮੈਚ ਚੋ ਅਕਾਲਸਰ ਦੀ ਟੀਮ ਮੁਕਾਬਲਾ ਜਿੱਤ ਚੁੱਕੀ ਹੈ, ਔਰ ਦੂਜਾ ਮੈਚ ਜਿਹੜਾ ਸੇਖਾ ਬਰਨਾਲਾ ਤੇ ਔਗੜ ਦਾ,
ਇਹ ਟੀਮਾਂ ਤਿਆਰੀ ਫੜ ਕੇ ਗਰਾਊਂਡ ਚ ਆ ਜਾਣ ਜੀ। ਦੂਜਾ ਸੈਮੀਫਾਈਨਲ ਮੈਚ ਜਿਹੜਾ ਸੇਖਾ ਬਰਨਾਲਾ ਤੇ ਆਊਗੜ ਦਾ ਮੈਚ ਹੈ। ਮੁਬਾਰਕਬਾਦ ਆ ਜੀ ਆਪਣੇ ਅਕਾਲਸਰ ਮੋਗੇ ਦੀ ਟੀਮ ਜਿਹੜੀ ਹੈ ਫਾਈਨਲ ਦੇ ਵਿੱਚ ਪ੍ਰਵੇਸ਼ ਕਰ ਗਈ। ਮੁਬਾਰਕਬਾਦ ਸਾਰੇ ਖਿਡਾਰੀ ਵੀਰਾਂ ਨੂੰ, ਸਾਰੇ ਸ਼ਹਿਰ ਨਿਵਾਸੀਆਂ ਨੂੰ। ਔਰ ਮੇਰੀ ਬੇਨਤੀ ਹੈ ਦੂਜੇ ਸੈਮੀਫਾਈਨਲ ਦੀਆਂ ਟੀਮਾਂ ਸੇਖਾ ਬਰਨਾਲਾ ਤੇ ਆਊਗੜ ਇਹ ਟੀਮਾਂ ਕੱਪੜੇ ਉਤਾਰ ਕੇ ਜਲਦੀ ਗਰਾਊਂਡ ਪ੍ਰਵੇਸ਼ ਕਰਨ, ਨਾਲ ਹੀ ਕਬੱਡੀ 54 ਕਿਲੋ ਵਾਲੀ ਵੀ ਤਿਆਰੀ ਖਿੱਚ ਲਓ ਜੀ। ਕਬੱਡੀ 54 ਕਿਲੋ ਵਰਗ ਦੀਆਂ ਟੀਮਾਂ ਨੂੰ ਬੇਨਤੀ ਹੈ ਉਹ ਵੀ ਤਿਆਰੀ ਖਿੱਚ ਕੇ ਗਰਾਊਂਡ ਵਿੱਚ ਪਹੁੰਚ ਜਾਣ ਜਲਦੀ। ਸੇਖਾ ਬਰਨਾਲਾ ਤੇ ਆਊਗੜ ਦੋਨੋਂ ਟੀਮਾਂ ਨੂੰ ਬੇਨਤੀ ਵੀ ਤਿਆਰੀ ਖਿੱਚ ਕੇ ਜਲਦੀ ਗਰਾਊਂਡ ਪਹੁੰਚਣ ਜੀ। ਕਬੱਡੀ 70 ਕਿਲੋ ਦਾ ਦੂਜਾ ਸੈਮੀਫਾਈਨਲ ਮੈਚ ਖੇਡਿਆ ਜਾਣਾ ਹੈ, ਇਹ ਟੀਮਾਂ ਜਲਦੀ ਪਹੁੰਚਣ, ਨਾਲ ਹੀ ਕਬੱਡੀ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਪਹੁੰਚਦੀਆਂ ਨਾਲ ਦੇ ਨਾਲ ਐਂਟਰੀ ਫੀਸ ਸਟੇਜ ਤੇ ਪਹੁੰਚਦੀ ਕਰੋ ਜੀ। ਕਬੱਡੀ ਓਪਨ ਦੀਆਂ ਟੀਮਾਂ ਨੂੰ ਬੇਨਤੀ ਹੈ। ਹੈਲੋ, ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਆ ਵੀ ਜਿਹੜੀਆਂ ਵੀ ਓਪਨ ਦੀਆਂ ਟੀਮਾਂ ਦੀ ਐਂਟਰੀ ਫੀਸ ਰਹਿੰਦੀ ਆ ਉਹ ਸਾਡੇ ਕੋਲ ਜਮ੍ਹਾਂ ਕਰਵਾਓ, ਕਿਉਂਕਿ ਅਸੀਂ ਓਪਨ ਦੀਆਂ ਟਾਈਆਂ ਕੱਢਣੀਆਂ ਤੇ ਜਿੰਨਾ ਵੀ ਟੀਮਾਂ ਦੀ ਐਂਟਰੀ ਫੀਸ ਰਹਿੰਦੀ ਆ ਉਹ ਐਂਟਰੀ ਕਾਊਂਟਰ ਤੇ ਫੀਸ ਜਮ੍ਹਾਂ ਕਰਵਾਓ ਤੇ ਜੋ ਵੀ ਟੀਮ ਓਪਨ ਦੀ ਸਾਡੇ ਵਿਚਕਾਰ ਪੁੱਜੀ ਆ ਉਹ ਆਪੋ ਆਪਣੀ ਐਂਟਰੀ ਕਾਊਂਟਰ ਤੇ ਕਰਵਾ ਦਿਓ। ਸਿੰਦੇ ਬਾਈ ਆ ਇੰਟਰ ਕਰੀ ਟੀਮ
70 ਦੇ ਦੂਜੇ ਸੈਮੀਫਾਈਨਲ ਦੀਆਂ ਟੀਮਾਂ ਨੂੰ ਬੇਨਤੀ ਹੈ ਸੇਖਾ ਬਰਨਾਲਾ ਤੇ ਔਗੜ ਜਲਦੀ ਪਹੁੰਚਣ, ਸੇਖਾ ਬਰਨਾਲਾ ਤੇ ਔਗੜ ਦੀਆਂ ਟੀਮਾਂ ਔਰ ਨਾਲ ਹੀ 54 ਦੇ ਫਾਈਨਲ ਦੀਆਂ ਟੀਮਾਂ ਤਿਆਰੀ ਖਿੱਚ ਕੇ ਗਰਾਊਂਡ ਪਹੁੰਚਣ ਜੀ। ਪਹਿਲਾਂ ਮੇਰੀ ਬੇਨਤੀ ਹੈ 70 ਕਿਲੋ ਵਰਗ ਦੇ ਸੈਮੀਫਾਈਨਲ ਦੀਆਂ ਟੀਮਾਂ ਨੂੰ ਹੈਲੋ ਸੇਖਾ ਬਰਨਾਲਾ ਤੇ ਔਗੜ ਦੀ ਟੀਮ ਨੂੰ ਜਿਹੜਾ ਦੂਸਰੇ ਸੈਮੀਫਾਈਨਲ ਮੁਕਾਬਲੇ ਦੇ ਲਈ ਸੱਦਾ, ਕਾਫੀ ਸਮੇਂ ਤੋਂ ਅਸੀਂ ਆਵਾਜ਼ਾਂ ਮਾਰ ਰਹੇ ਹਾਂ, ਖਿਡਾਰੀ ਵੀਰ ਕੋਈ ਚੰਗਾ ਰਿਸਪੌਂਸ ਨਹੀਂ ਦੇ ਰਹੇ, ਕਿਉਂ ਨਹੀਂ ਆ ਰਹੀਆਂ ਦੋਨੋਂ ਟੀਮਾਂ ਜੀ? ਮੈਚ ਖੇਡਣਾ ਜਾਂ ਨਹੀਂ ਖੇਡਣਾ? ਦੂਸਰਾ ਸੈਮੀਫਾਈਨਲ ਮੈਚ ਹੈ ਜੀ, ਦੋਨੋਂ ਟੀਮਾਂ ਜਿਹੜੀਆਂ ਕਬੱਡੀ ਦੇ ਮੈਦਾਨ ਦੇ ਲਾਗੇ ਪੁੱਜਣ। ਦੂਸਰਾ ਸੈਮੀਫਾਈਨਲ ਜਿਹੜਾ ਮੈਚ ਹੈ ਔਗੜ ਤੇ ਸੇਖਾ ਬਰਨਾਲੇ ਦੀ ਟੀਮ ਦਾ, ਹੱਥ ਜੋੜ ਕੇ ਬੇਨਤੀ ਦੋਨੋਂ ਟੀਮਾਂ ਨੂੰ ਜਲਦ ਕਬੱਡੀ ਦੇ ਮੈਦਾਨ ਦੇ ਲਾਗੇ ਪੁੱਜਣ ਦੋਨੋਂ ਟੀਮਾਂ। ਕਬੱਡੀ 70 ਕਿਲੋ ਭਾਰ ਦੀਆਂ ਕਬੱਡੀ 70 ਕਿਲੋ ਦੀਆਂ ਦੋਨੋਂ ਟੀਮਾਂ ਕਿਉਂ ਨਹੀਂ ਪਹੁੰਚੀਆਂ? ਵਾਰ ਵਾਰ ਬੇਨਤੀ ਕਰਦੇ ਹਾਂ ਅਸੀਂ ਔਗੜ ਤੇ ਸੇਖਾ ਬਰਨਾਲਾ। ਆਹ ਜਸਵੀਰ ਮਹਿਣਾ ਸਾਡੇ ਰੈਫਰੀ, ਉਹ ਜਿਹੜੀਆਂ ਟੀਮਾਂ ਉਹਨਾਂ ਨੇ ਲਿਖਾਈਆਂ ਕਿਸੇ ਦੀ ਐਂਟਰੀ ਨਹੀਂ ਪਹੁੰਚੀਗੀ, ਸੰਪਰਕ ਕਰੋ, ਐਂਟਰੀ ਦਿਓ ਜੀ ਉਹਨਾਂ ਦੀ। ਇੱਕ ਕਮੇਟੀ ਵੱਲੋਂ ਬੇਨਤੀ ਆਈ ਹੈ ਔਰ ਨਾਲ ਹੀ ਮੇਰੀ ਬੇਨਤੀ ਹੈ ਕਬੱਡੀ 70 ਕਿਲੋ ਨੂੰ ਵੀ ਜਲਦੀ ਪਹੁੰਚੋ ਜੀ। ਸੈਮੀਫਾਈਨਲ ਦੀਆਂ ਦੋਨੋਂ ਟੀਮਾਂ ਸੇਖਾ ਬਰਨਾਲਾ ਤੇ ਔਗੜ 54 ਕਿਲੋ ਦੀਆਂ ਫਾਈਨਲ ਦੀਆਂ ਦੋਨੋਂ ਟੀਮਾਂ ਪਹੁੰਚ ਜਾਣ। ਹਾਂਜੀ, ਸੋ ਲੜਕੀਆਂ ਦੀਆਂ ਟੀਮਾਂ ਵੀ ਆਪਣੇ ਦਰਮਿਆਨ ਸਾਡਾ ਵੀਰ ਕੁਲਵੰਤ ਸਿੰਘ ਕਬੱਡੀ ਕੋਚ ਔਲਖਾਂ ਵਾਲੇ ਲੈ ਕੇ ਪਹੁੰਚ ਚੁੱਕੇ ਨੇ। ਜਿੱਥੇ ਪੰਜਾਬ ਦੇ ਗੱਭਰੂਆਂ ਦੀ ਕਬੱਡੀ ਦਾ ਅੱਜ ਆਪਾਂ ਆਨੰਦ ਮਾਣਾਂਗੇ, ਉੱਥੇ ਪੰਜਾਬ ਦੀਆਂ ਮੁਟਿਆਰਾਂ ਅੱਜ ਖੇਡ ਦੇ ਮੈਦਾਨ ਦੇ ਵਿੱਚ ਆਪਣੀ ਖੇਡ ਦਾ ਮੁਜ਼ਾਹਰਾ ਕਰਨਗੀਆਂ। ਸੋ ਦੋਨੋਂ ਟੀਮਾਂ ਨੂੰ ਇੱਥੇ ਪਹੁੰਚਣ ਤੇ ਜੀ ਆਇਆਂ, ਵੈਲਕਮ ਆ, ਮੋਸਟ ਵੈਲਕਮ ਆ, ਸਲਾਮੇ ਮੁਹੱਬਤ ਆ। ਔਰ ਸਾਡਾ ਵੀਰ ਕੁਲਵੰਤ ਸਿੰਘ ਜੀ ਔਲਖ, ਇੱਕ ਪਾਸੇ ਜ਼ਿਲ੍ਹਾ ਮੋਗੇ ਦੀ ਟੀਮ ਹੋਵੇਗੀ, ਦੂਸਰੇ ਪਾਸੇ ਫਰੀਦਕੋਟ ਦੀ ਟੀਮ, ਦੋ ਟੀਮਾਂ ਦਾ ਸ਼ੋਅ ਮੈਚ ਹੋਵੇਗਾ। ਬਹੁਤ ਹੀ ਵਧੀਆ, ਧੰਨਵਾਦ ਕਰਦੇ ਹਾਂ ਕਬੱਡੀ ਕੋਚ ਕੁਲਵੰਤ ਸਿੰਘ। ਕਬੱਡੀ 70 ਕਿਲੋ ਦੀਆਂ ਟੀਮਾਂ ਨੂੰ ਬੇਨਤੀ ਵੀ, ਕਿਉਂ ਨਹੀਂ ਟੀਮ ਖਿਡਾਰੀ ਪਹੁੰਚ ਰਹੇ? ਅਸੀਂ ਦੋਨੋਂ ਟੀਮਾਂ ਕੱਟ ਗਈਆਂ, ਭਾਵੇਂ ਸੈਮੀਫਾਈਨਲ ਮੈਚ ਹੈ, ਇਹ ਨਹੀਂ ਗੱਲ ਹੋਣੀ ਜੀ ਅਸੀਂ ਜੇ ਸੈਮੀਫਾਈਨਲ 'ਚ ਹਰੀ ਟੀਮ ਨੂੰ ਖਿਡਾ ਕੇ ਫਾਈਨਲ ਮੈਚ ਕਰਾ ਦਿਆਂਗੇ। ਫਿਰ ਔਗੜ ਤੇ ਸੇਖਾ ਬਰਨਾਲਾ, ਆਹ ਦਰਸ਼ਕ ਵੀਰ ਤੁਹਾਡੀ ਕਬੱਡੀ ਦੇਖਣ ਪਹੁੰਚੇ ਹੈ, ਕੱਲੀ ਸਾਡੀ ਕਮੈਂਟਰੀ ਦੇ ਸੁਣ ਨਹੀਂ ਪਹੁੰਚੇ ਕਿ ਬੇਨਤੀ ਹੈ, ਔਰ ਕੜਕ ਦੀ ਧੁੱਪ ਦੇ ਵਿੱਚ ਆਪੋ ਆਪਣਾ ਕੰਮ ਕਾਰ ਛੱਡ ਕੇ ਸੀਜ਼ਨ ਦੀ ਰੁੱਤ ਤੁਹਾਡੀ ਕਬੱਡੀ ਦੇਖਣ ਪਹੁੰਚੇ। ਖਿਡਾਰੀ ਵੀਰੋ, ਭਾਵਨਾ ਸਮਝੋ ਦਰਸ਼ਕਾਂ ਦੀਆਂ, ਇਹ ਕਬੱਡੀ ਨੂੰ ਪਿਆਰ ਕਰਦੇ ਆ ਸਾਡੇ ਪੰਜਾਬੀ ਵੀਰ, ਤੇ ਖਿਡਾਰੀ ਵੀਰਾਂ ਨੂੰ ਬੇਨਤੀ ਆ ਵੀ ਜਲਦੀ ਗਰਾਊਂਡ ਦੇ ਵਿੱਚ ਪਹੁੰਚਣਾ। ਆ ਜਿਹੜਾ ਮੈਚ ਹੋਵੇਗਾ ਕਿਹੜੀ ਆ ਗਈ,
ਚੁਰੰਜਾ ਦੇ ਫਾਈਨਲ ਦੀਆਂ ਦੋਨੋਂ ਟੀਮਾਂ ਮੋਗਾ ਤੇ ਸਿੰਘਾਂ ਵਾਲਾ, ਅਕਾਲ ਸਰ ਮੋਗਾ ਤੇ ਸਿੰਘਾਂ ਵਾਲਾ, ਚੁਰੰਜਾ ਵਾਲੇ ਤੁਸੀਂ ਆ ਜੀ ਸਿੰਘਾਂ ਵਾਲਾ ਜੀ। ਮੋਗਾ ਤੇ ਸਿੰਘਾਂ ਵਾਲੀ ਟੀਮ ਨੂੰ ਬੇਨਤੀ ਵੀ ਜਲਦੀ ਗਰਾਊਂਡ ਪਹੁੰਚ ਜਾਣ। ਅਕਾਲ ਸਰ ਮੋਗਾ ਤੇ ਸਿੰਘਾਂ ਵਾਲਾ ਕਬੱਡੀ 53 ਕਿਲੋ ਵਰਗ। ਹਾਂ ਮੋਗਾ ਪਹੁੰਚ ਗਈ 53 ਕਿਲੋ ਵਰਗ ਦੀ ਟੀਮ ਜਿਹੜੀ ਮੋਗੇ ਦੀ, ਅਕਾਲ ਸਰ ਮੋਗੇ ਦੀ ਟੀਮ ਪਹੁੰਚ ਚੁੱਕੀ ਹੈ। ਹਾਂਜੀ ਮੇਰੀ ਬੇਨਤੀ ਹੈ ਵੀ ਜਿਹੜੇ ਸੱਜਣ ਦੀ ਡਿਊਟੀ ਟੈਂਕੀ ਦੇ ਪਾਣੀ ਛਿੜਕਣ ਤੇ ਆ ਵੀ ਲਿਆਓ ਜੀ ਟਰੈਕਟਰ, ਆਪਾਂ ਥੋੜਾ ਜਿਹਾ ਪਾਣੀ ਦਾ ਛਿੜਕਾਅ ਕਰ ਲਈਏ ਕਿਉਂਕਿ ਮਿੱਟੀ ਬਹੁਤ ਜ਼ਿਆਦਾ ਉੱਡਣ ਲੱਗ ਜਾਂਦੀ ਹੈ। ਔਰ ਬੇਨਤੀ ਹੈ ਵੀ ਜਿਹੜੇ ਸੱਜਣ ਦੀ ਡਿਊਟੀ ਲੱਗੀ ਹੈ ਉਹ ਟਰੈਕਟਰ ਲੈ ਕੇ ਗਰਾਊਂਡ ਵਿੱਚ ਪਹੁੰਚ ਜੇ, ਇੱਕ ਦੋ ਮਿੰਟਾਂ ਵਿੱਚ ਆਪਾਂ ਜਿਹੜਾ ਪਾਣੀ ਛਿੜਕ ਲਈਏ, ਉਸ ਤੋਂ ਬਾਅਦ ਫਿਰ ਮੈਚ ਸਟਾਰਟ ਕਰਾਂਗੇ। ਬਹੁਤ ਵਧੀਆ ਮੈਚ ਹੋਵੇਗਾ, ਇੱਕ ਪਾਸੇ ਆਪਣੇ ਮੋਗੇ ਸ਼ਹਿਰ ਦੀ ਟੀਮ ਹੋਵੇਗੀ ਸ੍ਰੀਨਗਰ ਦੀ, ਅਕਾਲ ਸਰ ਮੋਗੇ ਦੀ ਟੀਮ ਆ, ਆਹ ਦੂਸਰੇ ਪਾਸੇ ਗਵਾਂਢੀ ਪਿੰਡ ਹੈ ਸਿੰਘਾਂ ਵਾਲਾ। ਬਹੁਤ ਵਧੀਆ ਮੈਚ ਹੋਵੇਗਾ। ਔਰ ਕਬੱਡੀ ਓਪਨ ਦੀਆਂ ਜਿੰਨੀਆਂ ਟੀਮਾਂ ਪਹੁੰਚੀਆਂ ਨਾਲ ਦੀ ਨਾਲ ਐਂਟਰੀ ਵੀ ਸਟੇਜ ਤੇ ਪਹੁੰਚ ਹੀ ਕਰ ਦਿਓ। ਔਰ ਥੋੜੇ ਸਮੇਂ ਤੋਂ ਬਾਅਦ ਕਬੱਡੀ ਓਪਨ ਦੇ ਅਸੀਂ ਮੈਚ ਸਟਾਰਟ ਕਰਨੇ ਆ। ਖਿਡਾਰੀ ਵੀਰਾਂ ਨੂੰ ਬੇਨਤੀ ਜਿਵੇਂ ਜਿਵੇਂ ਟੀਮਾਂ ਪਹੁੰਚਦੀਆਂ ਨਾਲ ਦੀ ਨਾਲ ਐਂਟਰੀ ਵੀ ਸਟੇਜ ਤੇ ਪਹੁੰਚ ਹੀ ਕਰ ਦਿਓ ਜੀ। ਹਾਂਜੀ ਹਾਂਜੀ ਕਰਾ ਦਿੰਦੇ। ਹਰ ਪਾਣੀ ਛਿੜਕਣਾ ਕਿ ਅੜਕਣਾ ਜੀ, ਫਿਰ ਆ ਮੈਚ ਕਰਾ ਕੇ ਫਾਈਨਲ ਆਪਾਂ। ਸਿੰਘਾਂ ਵਾਲੀ ਆ ਜਾਓ ਤੁਸੀਂ, ਸਿੰਘਾਂ ਵਾਲੀ ਦੀ ਟੀਮ ਜਿਹੜੀ ਹੈ ਪਹੁੰਚ, ਮੋਗੇ ਦੀ ਟੀਮ ਜਿਹੜੀ ਪਹੁੰਚ ਚੁੱਕੀ ਹੈ। ਔਰ ਸਿੰਘਾਂ ਵਾਲੀ ਲਓ ਜੀ, ਸਿੰਘਾਂ ਵਾਲੀ ਗੱਭਰੂ ਵੀ ਗਰਾਊਂਡ ਵਿੱਚ ਪਹੁੰਚ ਚੁੱਕੇ ਨੇ। ਬਹੁਤ ਵਧੀਆ ਮੈਚ ਹੋਵੇਗਾ, ਫਾਈਨਲ ਮੈਚ ਹੈ।
ਲਓ ਜੀ ਜਿਹੜਾ ਫਾਈਨਲ ਮੈਚ ਆਪਾਂ ਦੇਖਣ ਜਾ ਰਹੇ ਕਬੱਡੀ 53 ਕਿਲੋ ਵਰਗ ਦਾ ਸਾਢੇ 15 ਜਾਂ 16 ਪੁਆਇੰਟ ਜਿਹੜੀ ਟੀਮ ਦੇ ਪਹਿਲਾਂ ਹੋਣਗੇ ਉਹ ਟੀਮ ਮੁਕਾਬਲਾ ਜਿੱਤ ਜਾਊਗੀ। 16 ਜਾਂ ਸਾਢੇ 15 ਪੁਆਇੰਟ ਵਧੀਆ ਮੈਚ ਹੋਊਗਾ ਦੋਨੋਂ ਟੀਮਾਂ ਦੇ ਵਿਚਕਾਰ। ਫਾਈਨਲ ਮੈਚ ਜਦੋਂ ਹੋਇਆ ਫਾਈਨਲ ਮੈਚ ਤਾਂ ਯੋਰ ਦਿਖਾਏ ਪੱਪੂ ਨੇ ਆ ਢੇਰੀਆਂ ਕੋਲੇ ਲਿਆ ਲਿਆ ਰਿੱਡ ਢਾਏ ਪੱਪੂ ਨੇ ਲਓ ਜਿਹੜਾ ਮੁਕਾਬਲਾ ਸ਼ੁਰੂ ਹੋ ਚੁੱਕਾ ਹੈ। ਸਿੰਘਾਂ ਵਾਲੀ ਟੀਮ ਜਿਹੜੀ ਹੈ ਇਹ ਟੀਮ ਆਪਣੇ ਸ਼ਮਸ਼ਾਨ ਘਾਟ ਵਾਲੇ ਪਾਸੇ ਜਿੱਧਰ ਬਿਲਡਿੰਗ ਬਣੀ ਹੈ ਬਰਾਂਡੇ ਬਣੇ ਹੈ ਸਾਹਮਣੇ ਸਿੰਘਾਂ ਵਾਲੀ ਟੀਮ ਅਤੇ ਸਟੇਜ ਵਾਲੇ ਪਾਸੇ ਆਪਣੇ ਪਿੰਡ ਦੀ ਆਪਣੇ ਸ਼ਹਿਰ ਦੀ ਟੀਮ ਆ ਔਰ ਦੱਸਦੇ ਵੀ ਅਕਾਲ ਸਰ ਮੋਗੇ ਦੀ ਟੀਮ ਜਿਹੜੀ ਹੈ ਪਹਿਲੀ ਕਬੱਡੀ ਪਾਲੀ ਗੱਭਰੂ ਪਾ ਕੇ ਕਿਤੇ ਜੱਫੇ ਲਾਉਂਦਾ ਹੈ ਕਬੱਡੀਆਂ ਪਾਉਂਦਾ ਹੈ ਬੱਲੇ ਬੱਲੇ ਕਰਵਾਉਂਦਾ ਕਬੱਡੀ ਚ ਔਰ 5 ਕਿਲੋ ਘਿਓ ਸਾਡੇ ਵੀ ਛਿੰਦੇ ਬਣਾ ਲਓ ਇਸ ਗੱਭਰੂ ਤੇ ਜਾਵੇਗਾ। ਸ਼ਿੰਦਾ ਬਰਾਜੀ ਕਹਿੰਦੇ 5 ਕਿਲੋ ਘਿਓ ਔਰ ਪਾਲੀ ਦੇ ਲਈ ਮਾਨ ਸਨਮਾਨ ਤਾਂ ਜਾਵੇਗਾ। ਵਧੀਆ ਗੱਲ ਕੀਤੀ ਹੈ ਜੀ ਖਿਡਾਰੀਆਂ ਦੀ ਖਾਲ ਖਰਾਬ ਦਾ ਧਿਆਨ ਚਾਹੀਦਾ ਆਪਾਂ ਨੂੰ ਕਹਿੰਦੇ ਆਉਣ ਜਾਣ ਨੂੰ 9 ਦਰਵਾਜ਼ੇ। ਸ਼ਿੰਦਾ ਬਰਾਜੀ ਕਹਿੰਦੇ ਆਉਣ ਜਾਣ ਨੂੰ 9 ਦਰਵਾਜ਼ੇ ਖਿਸਕ ਜਾਣ ਨੂੰ ਤਾਕੀ ਹੁਣ ਤੁਹਾਨੂੰ ਰੱਖਣੀ ਪਊ ਪਾਲੀ ਮੁੰਡੇ ਦੀ ਰਾਖੀ ਹੁਣ ਤੁਹਾਨੂੰ ਰੱਖਣੀ ਪਊ ਇਸ ਮੁੰਡੇ ਦੀ ਰਾਖੀ ਮੁੰਡਾ ਸਾਂਭ ਜੋਗਾ ਔਰ ਰਾਖੀ ਰੱਖਣੀ ਪੈਣੀ ਹੈ ਖੁਰਾਕ ਦੇਣੀ ਪੈਣੀ ਹੈ ਤੇ ਤਾਂ ਹੀ ਕਬੱਡੀ ਵਿੱਚ ਮੱਲਾਂ ਮਾਰੇਗਾ ਤੇ ਪਹਿਲਾ ਅੰਕ ਇਸ ਕਵਿਤਾ ਵੀ ਪਾਲੀ ਨੇ ਜੱਫਾ ਲਾ ਕੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ। ਲਓ ਅਗਲੀ ਕਬੱਡੀ ਫਿਰ ਪਾਲੀ ਕਿਤੇ ਕਬੱਡੀਆਂ ਪਾਉਂਦਾ ਕਿਤੇ ਜੱਫੇ ਲਾਉਂਦਾ ਆ ਲੰਬੜ ਵਾਂਗੂ ਆਲ ਓਵਰ ਕੰਮ ਕਰਨ ਵਾਲੀ ਗੱਲ ਆ ਜੀ ਔਰ ਦੇਖਦਾ ਵੀ ਚੱਲੋ ਛਿੰਦਿਆ ਚੱਲੋ ਜੱਗਿਆ ਚੱਲੋ ਛਿੰਦਿਆ ਚੱਲੋ ਜੱਗਿਆ ਪਿੰਡ ਮੋਗੇ ਸ਼ਹਿਰ ਮੋਗੇ ਚ ਮੇਲਾ ਲੱਗਿਆ ਜਿੱਥੇ ਇੱਕ ਡਿੱਗਦੀ ਘਟੈਂਦੀ ਹੋ ਕੌਡੀ ਤੇ ਕੌਡੀ ਪੈਂਦੀ ਹੋ ਜੱਫੇ ਤੇ ਜੱਫਾ ਲੱਗਦਾ ਹੋ ਕੌਡੀ ਤੇ ਕੌਡੀ ਪੈਂਦੀ ਹੋ ਕਿਤੇ ਕਬੱਡੀ ਪਾਉਂਦਾ ਏ ਕਿਤੇ ਜੱਫੇ ਲਾਉਂਦਾ ਏ ਔਰ ਦੋਨੋਂ ਪਾਸੇ ਪੂਰੇ ਵਧੀਆ ਪ੍ਰਦਰਸ਼ਨ ਕਰਦਾ ਏ। ਅਗਲੀ ਕਬੱਡੀ ਸਿੰਘਾਂ ਵਾਲੀ ਆ ਮੁੰਡਾ ਗਵਾਂਢੀ ਪਿੰਡ ਆਪਣਾ ਔਰ ਹੱਦਾਂ ਸਰਹੱਦਾਂ ਮਿਲਦੀਆਂ ਔਰ ਕਹਿੰਦੇ ਦਾਤੀਆਂ ਰੰਬਿਆਂ ਦਾ ਲੈਣ ਦੇਣ ਆਪਣੀਆਂ ਹੱਦਾਂ ਰਲਦੀਆਂ ਕਹਿੰਦੇ ਇੱਕੋ ਜਿਹਾ ਰੰਗ ਹੋ ਜੇ ਮੁੜ ਕੇ ਰੁਪਈਆਂ ਦਾ ਲੈਣ ਦੇਣ ਹੋ ਜੇ ਸਾਡਾ ਦਾਤੀਆਂ ਤੇ ਕਈਆਂ ਦਾ ਮੀਆਂ ਵਾਲੀ ਮੰਡੀ ਵਿੱਚ ਵੇਚਾ ਵੈਰ ਕਾ ਨਗੌਰ ਦਾ ਕਰੀ ਕਿਤੇ ਮੇਲ ਮੌਲਾ ਦਿੱਲੀ ਤੇ ਲਾਹੌਰ ਦਾ ਤੂੰ ਕਰੀ ਕਿਤੇ ਮੇਲ ਮੌਲਾ ਦਿੱਲੀ ਤੇ ਲਾਹੌਰ ਦਾ। ਅੱਜ ਦਿੱਲੀ ਤੇ ਲਾਹੌਰ ਦੇ ਜੰਗ ਵਰਗੇ ਮੈਚ ਤੁਸੀਂ ਦੇਖਦੇ ਆ ਸਾਹਮਣੇ ਪਾਲੀ ਫਿਰ ਫਰਦਾ ਤਿਆਰੀ ਪਰਮਾਤਮਾ ਤੋਂ ਸੂਰਜ ਦੇਵਤਾ ਤੋਂ ਮੰਗਦਾ ਸ਼ਕਤੀ ਅੱਗੇ ਵੱਧ ਕੇ ਹਲਕਾ ਸਰੀਰ ਉੱਡੂ ਉੱਡੂ ਕਰਦੀ ਜਵਾਨੀ ਤੇ ਟੈਡ ਵੀਰਾਂ ਦੇ ਮੂਹਰੇ ਐਸ ਵਕਤ ਸੀਨਾ ਤਾਣਤਾ ਏ ਵੱਖਰੀ ਜੀ ਗੱਲ ਪਾਲੀ ਦੀ ਤਾਂ ਯਾਰੋ ਕਹਿੰਦੇ ਭਾਜ ਵੱਖਰੀ ਵੱਖਰਾ ਅੰਦਾਜ਼ ਪਰ ਨਹੀਂ ਮੰਨਦਾ ਇਕਬਾਲ ਸਿੰਘ ਕਹਿੰਦਾ ਵੀ ਡਬਲ ਅਟੈਕ ਹੋ ਗਿਆ ਵੀ ਦੋ ਜਣਿਆਂ ਵਿੱਚ ਮਾੜਾ ਹੁੰਦਾ ਫਾਨਾ ਅੜਿਆ ਤੀਜੇ ਦਾ ਕਹਿੰਦਾ ਵੀ ਡਬਲ ਅਟੈਕ ਹੋ ਗਿਆ ਤੇ ਅੰਕ ਪਾਲੀ ਦੇ ਹਿੱਸੇ ਅੰਕ ਅਕਾਲ ਸਰ ਦੀ ਟੀਮ ਦੇ ਹਿੱਸੇ ਜੁੜਦਾ ਏ ਤਾਂ ਵੀ ਅਗਲੀ ਕਬੱਡੀ ਫਿਰ ਸਿੰਘਾਂ ਵਾਲੀਆ ਮੁੰਡਾ ਕਬੱਡੀ ਪਾਉਂਦਾ ਹੋਇਆ ਕਬੱਡੀ ਪਾ ਰਿਹਾ ਲਓ ਸਾਹਮਣੇ ਸਿੰਘਾਂ ਵਾਲੀਆ ਗੋਪੀ ਅੱਜ ਤੇ ਕੁਲਦੀਪ ਸ਼ਰਮਾ ਜੀ ਸੋਹਣੇ ਬੋਲ ਬੋਲਦਾ ਇਸ ਮੈਚ ਤੋਂ ਉੱਥੇ ਗੋਪੀ ਦੀ ਕਬੱਡੀ ਦਾ ਵੀ ਨਜ਼ਾਰਾ ਦੇਖਦੇ ਆ ਸਿੰਘਾਂ ਵਾਲੀਆ ਮੁੰਡਾ ਆਹ ਦੇਖਦੇ ਕਬੱਡੀ ਓਪਨ ਦੇ ਜਿੰਨੀਆਂ ਵੀ ਟੀਮਾਂ ਪਹੁੰਚੀਆਂ ਬੇਨਤੀ ਵੀ ਟੀਮਾਂ ਐਂਟਰ ਕਰਾਓ ਆਪਾਂ ਥੋੜੇ ਸਮੇਂ ਤੋਂ ਬਾਅਦ ਕਬੱਡੀ ਓਪਨ ਦੇ ਜਿਹੜੇ ਮੁਕਾਬਲੇ ਸ਼ੁਰੂ ਕਰ ਦੇਣੇ ਆ।
ਔਰ ਜਿੰਨੀਆਂ ਵੀ ਟੀਮਾਂ ਪਹੁੰਚਦੀਆਂ ਨਾਲ ਨਾਲ ਐਂਟਰੀ ਵੀ ਸਟੇਜ ਤੇ ਪਹੁੰਚਦੀ ਕਰੋ ਜੀ। ਜਿੰਨੀਆਂ ਵੀ ਸਤਿਕਾਰਯੋਗ ਸ਼ਖਸੀਅਤਾਂ ਸਟੇਜ ਤੇ ਬਿਰਾਜਮਾਨ ਨੇ ਔਰ ਸਤਿਕਾਰਯੋਗ ਚਿਹਰੇ ਬੈਠੇ ਨੇ ਜਿਨ੍ਹਾਂ ਨੇ ਵੱਡਾ ਸਹਿਯੋਗ ਦਿੱਤਾ ਹੈ, ਅਕਾਲਸਰ ਯੂਥ ਕਲੱਬ ਵੱਲੋਂ ਜੀਆਂ ਆਖਿਆ ਜਾਂਦਾ ਹੈ, ਕੋਟ ਕੋਟ ਧੰਨਵਾਦ ਸਾਡੇ ਕਲੱਬ ਦੇ ਪ੍ਰੈਜੀਡੈਂਟ ਔਰ ਤਾਰ ਸਿੰਘ ਜੀ ਕਲੇਰ ਸਾਹਿਬ ਔਰ ਸ਼ਿੰਦੇ ਬਰਾੜ ਬਲਜੀਤ ਸਿੰਘ ਜੀ ਨੰਬਰਦਾਰ ਹੋਣਾ ਵੱਲੋਂ ਔਰ ਸਾਡੇ ਵੀ ਸਤਨਾਮ ਸਿੰਘ ਜੀ ਗਿੱਲ ਛੱਤਾ ਸਾਰਿਆਂ ਵੱਲੋਂ ਜੀਆਂ ਆਖਦੇ ਜਿੰਨੇ ਸਾਡੇ ਕਮੇਟੀ ਮੈਂਬਰ ਗੁਰਸ਼ਰਨ ਵਰਗੇ ਔਰ ਕਲੇਰ ਸਾਹਿਬ ਹੋਣੀ ਬੱਬੀ ਕਲੇਰ ਜੀ ਸਾਰਿਆਂ ਵੱਲੋਂ ਵੈਲਕਮ ਆ। ਜਿੰਨੀਆਂ ਵੀ ਸਤਿਕਾਰਯੋਗ ਸ਼ਖਸੀਅਤਾਂ ਇਸ ਕਬੱਡੀ ਦੇ ਕੁੰਬੜਾ ਜੁੜੀਆਂ ਸਟੇਜ ਤੇ ਬਿਰਾਜਮਾਨ ਹੈ, ਲਓ ਬੱਲੇ ਬੱਲੇ ਹੋਊਗੀ ਐਸ ਸਖਤ ਮੁਕਾਬਲਾ ਦੇਖਦੇ ਵੀ ਗਾਉਂਡਰੀ ਲੈਣ ਤੇ ਪਰ ਅਕਬਾਲ ਸਿੰਘ ਲੰਮੀ ਮਿਸਲ ਮਾਰਦਾ ਵੀ ਅੰਕ ਸਿੰਘਾਂ ਵਾਲੀਆ ਮੁੰਡਾ ਐਸ ਸਖਤ ਸੁਖਚੈਨ ਸਿੰਘ ਚੈਨਾ ਅੰਕ ਜੋੜਦਾ ਹੋਇਆ। ਹਾਂਜੀ ਕੀ ਜੀ ਹੈਲੋ 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 ਸਾਹਮਣੇ ਨੌਜਵਾਨ ਪਿੰਡ ਦਾ ਰੇਡ ਪੌਲੀ ਵਾਧਾ ਹੋਇਆ ਤਿੰਨ ਜਾਪੀ ਮੋਗੇ ਪਿੰਡ ਦੇ ਕੌਣ ਨੌਜਵਾਨ ਲਾਊ ਤਗੜਾ ਜੱਫਾ ਤੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜੂ। ਸਮਾਂ ਦੇ ਸਮੁੰਦਰ ਦੀਆਂ ਲਹਿਰਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦੀਆਂ, ਜੇ ਬਣਨਾ ਸੁਪਰ ਸਟਾਰ ਤਾਂ ਮਿਹਨਤ ਕਰਨੀ ਪਊ, ਖੁੰਡਾ ਉੱਤੇ ਬੈਟ ਨੰਬਰ ਪਾਇਆ ਨਹੀਂ ਜਾਣਾ, ਸ਼ਾਮ ਸਵੇਰੇ ਕੋਚ ਦੀ ਚੌਕੀ ਭਰਨੀ ਪਊ, ਬੋਲਟ ਉੱਤੇ ਬੈਟ ਸਰੀਰ ਕਮਾਇਆ ਨਹੀਂ ਜਾਣਾ, ਜੇ ਬਣਨਾ ਸੁਪਰ ਸਟਾਰ ਤਾਂ ਮਿਹਨਤ ਕਰਨੀ ਪਊ, ਜੇ ਬਣਨਾ ਸੁਪਰ ਸਟਾਰ ਤਾਂ ਮਿਹਨਤ ਕਰਨੀ ਪਊ। ਸਾਹਮਣੇ ਨੌਜਵਾਨ ਮੋਗੇ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ ਤਿੰਨ ਜਾਪੀ ਸਿੰਘਾਂ ਵਾਲੇ ਪਿੰਡ ਦੇ ਦੋ ਨੀਲੀ ਪੱਟੀ ਦੇ ਵਿੱਚ ਕੌਣ ਨੌਜਵਾਨ ਲਾਊ ਤਗੜਾ ਜੱਫਾ ਤੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜੂ। ਇਹ ਸਮੇਂ ਦੀ ਬਾਤ ਹੋਵੇਗੀ ਕਿ ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ, ਇਸ ਦੇ ਵਿੱਚ ਹੀ ਵਸਦੀ ਲੋਕੋ ਜਾਣ ਪੰਜਾਬੀਆਂ ਦੀ, ਵਿੱਚ ਮੈਦਾਨੇ ਖੇਡਣਾ ਹੁੰਦਾ ਕੰਮ ਦਲੇਰਾਂ ਦਾ, ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ, ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ। ਅਗਲੀ ਗੱਲ ਨਿਰਮਲ ਸਿੰਘ ਜੀ ਲੰਘੇ ਆਣੀਆਂ, ਮੈਂ ਸਾਹਮਣੇ ਦੇਖਦਾ ਵੀ ਫਿਰ ਪਾਲੀ ਦੀ ਕਬੱਡੀ ਪੈਂਦੀ ਹੈ ਤੇ ਮੁੰਡੇ ਨੇ ਇਸ ਵਕਤ ਖੁੱਚ ਭਰੀ ਤੇ ਕੈਂਚੀ ਲਾ ਕੇ ਅੰਕ ਅਰਦੇਵ ਸਿੰਘਾਂ ਵਾਲੀਆ ਗੱਭਰੂ ਸੁਖਚੈਨ ਸਿੰਘ ਨੇ ਫਿਰ ਦੂਸਰਾ ਜਫਾ ਲਾ ਕੇ ਅੰਕ ਆਪਣੀ ਟੀਮ ਦੇ ਹਿੱਸੇ ਜੋੜਤਾ ਹੈ। ਪਾਲੀ ਗੱਭਰੂ ਬਹੁਤ ਵਧੀਆ ਖਿਡਾਰੀ ਹੈ, ਭਾਵੇਂ ਕੱਦ ਮੁੰਡੇ ਦਾ ਮੱਛੀ ਮੋਟਰ ਜਿੰਨਾ ਹੈ, ਕੱਦ ਭਾਵੇਂ ਅੱਗੇ ਦੀ ਬੋਤਲ ਜਿੰਨਾ ਹੈ, ਪਰ ਕੰਮ ਹੱਜ ਦੇ ਟਾਵਰ ਜਿੰਨਾ ਕਰਦਾ ਹੈ ਪਾਲੀ। ਪਾਲੀ ਪਾਣੀ ਖੂਹ ਤੋਂ ਭਰੀ, ਭਾਵੇਂ ਸਾਰੀ ਉਮਰ ਛੋਟੀ ਕੱਦ ਮਧਰਾ, ਪਰ ਬੱਲੇ 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 ਕ੍ਰਾਂਤੀ ਕਬੱਡੀ ਦੀ, ਬੱਲੇ ਬੱਲੇ ਇੱਕ ਲੱਤ ਤਾਂ ਤੇ ਦੂਜੀ ਥੱਲੇ। ਹੁਣ ਵੇਖਦਾ ਵੀ ਸਾਂਝਾ ਪੁਆਇੰਟ ਕਰਨ ਤੇ ਜ਼ੋਰ ਲੱਗ ਗਿਆ, ਵਾਹ ਜੀ ਵਾਹ, ਤੂੰ ਵੀ ਰਹਿ ਗਿਆ ਅਧੂਰਾ, ਮੈਂ ਵੀ ਰਹਿ ਗਈ ਅਧੂਰੀ, ਰਹਿ ਗਈ ਛੰਨੇ ਵਿੱਚ ਚੂਰੀ, ਵੇ ਤੇਰੀ ਤਕਦੀਰ ਬਣ ਕੇ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ, ਆ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ। ਦੋਨੇ ਅਧੂਰੇ ਰਹਿ ਗਏ ਨੇ, ਕਹਿੰਦੇ ਰਾਂਝਾ ਕਹਿੰਦਾ ਜੇ ਤੂੰ ਨੀ ਖੱਟਿਆ ਨਾ ਤੇ ਖੱਟਿਆ ਮੈਂ ਵੀ ਇਸ਼ਕ ਮੁਸ਼ਕ ਚੋਂ ਕੁਛ ਨੀ, 12 ਸਾਲ ਮਈਆਂ ਦਾ ਗਟੋਆ ਗੋਹਾ ਹਟਾਉਂਦਾ ਮੈਂ ਮਰ ਗਿਆ, ਇਸ਼ਕ ਚੋਂ ਕੁਛ ਕੋਈ ਕੱਖ ਨੀ ਖੜਦਾ। ਇਹ ਗੱਲਾਂ ਹੱਸਦੀਆਂ ਤੇ ਵੈਸੇ ਸੱਚ ਗੱਲ ਹੈ, ਜੇ ਖੱਟਣਾ ਤਾਂ ਕਬੱਡੀ ਵਾਲੇ ਪਾਸੇ ਆ ਜਾਓ ਵੀ ਕੀ ਬੈਠ ਖੁੰਡਾ ਤੋਂ ਲੈਣਾ ਆਪ ਤੁਮਾਰੀ ਗੱਪਾਂ ਦੀ, ਹੁਣ ਤੁਸੀਂ ਡੰਡ ਬੈਠਕਾਂ ਲਾ ਲਓ ਕੌਡੀ ਹੋ ਗਈ ਲੱਖਾਂ ਦੀ, ਕੀ ਬੈਠ ਖੁੰਡਾ ਤੋਂ ਲੈਣਾ ਆਪ ਤੁਮਾਰੀ ਗੱਪਾਂ ਦੀ, ਹੁਣ ਤੁਸੀਂ ਡੰਡ ਬੈਠਕਾਂ ਲਾ ਲਓ ਕੌਡੀ ਹੋ ਗਈ ਲੱਖਾਂ ਦੀ। ਅੱਜ ਲੱਖਾਂ ਤੋਂ ਲੰਘੀ ਗੱਲ ਕਰੋੜਾਂ ਤੇ ਹੋ ਗਈ, ਪੰਜਾਬ ਸਰਕਾਰ ਨੇ ਵੱਡਾ ਮਾਨ ਦਿੱਤਾ ਹੈ, ਇਹਨਾਂ ਲਈ ਵੀਰਾਂ ਨੇ ਬਹੁਤ ਵੱਡਾ ਮਾਨ ਦਿੱਤਾ ਹੈ। ਦਵਿੰਦਰ ਧਾਨਾ ਜੀ ਵੈਰੋਂ ਗਏ ਖੇਡ ਪ੍ਰਮੋਟਰ ਹੈ ਦੁਨੀਆਂ ਚੋਂ, ਉਹ ਵੀ ਅੱਜ ਇਸ ਕਬੱਡੀ ਦੇ ਕੱਪ ਦਾ ਆਨੰਦ ਮਾਣਦੇ ਨੇ, ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਐਡਮਿੰਟਡ ਵਾਲੇ, ਔਰ ਸੋਨੀ ਸਵਦੀ ਜੀ, ਸੋਨੀ ਗੌਦਰ ਔਰ ਹਰਜਿੰਦਰ ਸਿੰਘ ਜੀ ਜਿੰਦੀ ਕੈਨੇਡਾ,
ਕੇਵਲ ਕੈਨੇਡਾ ਔਰ ਪਿੰਡੀ ਨੰਬਰਦਾਰ ਕੈਨੇਡਾ ਵਾਲਾ ਆ ਸਾਡੇ ਵੀਰ ਮਾੜੀ ਵਾਲੇ ਸਾਰੇ ਸਬੱਡੀ ਦਾ ਆਨੰਦ ਮਾਣਦੇ ਨੇ ਔਰ ਰਣਜੋਤ ਸਿੰਘ ਜੀ ਯੋਧਾ ਖੋਟਿਆਂ ਵਾਲਾ ਜਿਨ੍ਹਾਂ ਨੇ ਵੱਡਾ ਮਾਨ ਅਲ ਮਾਲੀਏ ਬੂਟੇ ਦੀ ਐਲ ਸੀ ਡੀ ਦਾ ਅਰਦਾਸ ਲਈ ਹੋਵੇਗਾ ਉੱਥੇ ਵੇਖਦੇ ਵੀ ਪਰਮਿੰਦਰ ਸਿੰਘ ਯੂ ਐਸ ਏ ਹੋਟਲਾ ਰਾਏਕਿਆਂ ਵਾਲਾ ਹੋਟਲਾ ਮੇਹਰ ਸਿੰਘ ਵਾਲੀਏ ਵੀ ਪਰਮਿੰਦਰ ਯੂ ਐਸ ਏ ਤੇ ਗੁਰਵਿੰਦਰ ਸਾਡਾ ਵੀਰ ਇਹਨਾਂ ਮੈਚਾਂ ਦਾ ਆਨੰਦ ਮਾਣਦੇ ਆ ਲਓ ਪਾਲੀ ਫੜਦਾ ਐ ਨੀ ਸਰ ਮਾਰਨਾ ਜੀ ਸੰਭਲ ਕੇ ਸੰਭਲ 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 ਕੱਚੀ ਵਾਟ ਤੁਦਲਕਦਾ ਜਾਵੇ ਔਰ ਗੱਲ ਵੱਖਰੀ ਹੈ ਸਿਰ ਨਹੀਂ ਥੱਲੇ ਮਾਰਨਾ ਪਿਆਰ ਦੇ ਨਾਲ ਖੇਡਾਂ ਸਾਡੇ ਪਿਆਰ ਦੀਆਂ ਤੰਗਾਂ ਨੂੰ ਮਜ਼ਬੂਤ ਕਰਦੀਆਂ ਆਪਾਂ ਪਰਮਾਤਮਾ ਅੱਗੇ ਅਰਦਾਸ ਕਰਦੇ ਵੀ ਕਿਸੇ ਖਿਡਾਰੀ ਦੇ ਕੋਈ ਚੋਟਾਂ ਲੱਗੇ ਉੜਦੀ ਹੋਈ ਧੂੜ ਛੂੰਹਦੀ ਅਸਮਾਨਾਂ ਨੂੰ ਸੱਟਾਂ ਫੇਟਾਂ ਤੋਂ ਬਚਾਈ ਮੇਰੇ ਮਾਲਕਾ ਇਹਨਾਂ ਸ਼ੇਰ ਜਵਾਨਾਂ ਨੂੰ ਉੜਦੀ ਹੋਈ ਧੂੜ ਛੂੰਹਦੀ ਅਸਮਾਨਾਂ ਨੂੰ ਸੱਟਾਂ ਫੇਟਾਂ ਤੋਂ ਬਚਾਈ ਮੇਰੇ ਦਾਤਿਆ ਇਹਨਾਂ ਸ਼ੇਰ ਜਵਾਨਾਂ ਨੂੰ ਹਾਂਜੀ ਕੀ ਜੀ ਸਾਹਮਣੇ ਨੌਜਵਾਨ ਮੋਗੇ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ ਤਿੰਨ ਜਾਪੀ ਸਿੰਘਾਂ ਵਾਲੇ ਪਿੰਡ ਦੇ ਜਿੱਥੇ ਕੁਲਦੀਪ ਸ਼ਰਮਾ ਵਧੀਆ ਬੋਲ ਬੋਲਦਾ ਇਸ ਮੈਕ ਦੇ ਉੱਤੋਂ ਉੱਧਰੀ ਨੌਜਵਾਨ ਨੇ ਗਿੱਟਾ ਕੈਚ ਕਰਨ ਦੀ ਕੀਤੀ ਕੋਸ਼ਿਸ਼ ਕਿ ਨਾਲੇ ਬੁਲਟ ਮਿਰੂ ਨਾਲੇ ਸਪਾਰੀ ਨਾ ਲੋਕੋ ਵਾਲਾ ਤੇਰਾ ਬੋਲੂ ਬਾਰੀ ਬਾਰੀ ਜਿਹੜਾ ਕਹਿੰਦਾ ਸੱਚੀ ਗੱਲ ਵੀ ਮੁੰਡਿਆ ਛੱਡ ਨਸ਼ਿਆਂ ਦਾ ਖਹਿੜਾ ਆ ਜਾ ਕੌਡੀ ਵੱਲ ਵੀ ਮੁੰਡਿਆ ਛੱਡ ਨਸ਼ਿਆਂ ਦਾ ਖਹਿੜਾ ਆ ਜਾ ਕੌਡੀ ਵੱਲ ਵੀ ਸਾਹਮਣੇ ਨੌਜਵਾਨ ਸਿੰਘਾਂ ਵਾਲੇ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ ਦੋ ਉਧਰ ਸਾਡੇ ਵੀਰ ਬੋਰ ਸਿੰਘ 100 ਰੁਪਈਆ ਪਾਲੀ ਲਈ ਪੁੱਜਦਾ ਕਰਦੇ ਨੇ ਬਹੁਤ ਧੰਨਵਾਦ ਕਰਦੇ ਆ ਉਹਨਾਂ ਦਾ 100 ਰੁਪਈਆ ਪਾਲੀ ਲਈ ਪਾਲੀ ਨੂੰ 100 ਰੁਪਈਆ ਤਾਇਆ ਜੀ ਰਾਮ ਸਿੰਘ ਵੱਲੋਂ ਪਾਲੀ ਹਾਂਜੀ ਸੰਭਲ ਕੇ ਪਰਮਾਤਮਾ ਭਲੀ ਕਰੇ ਕਿਸੇ ਖਿਡਾਰੀ ਦੇ ਕੋਈ ਚੋਟ ਨਾ ਲੱਗੇ ਆਪਾਂ ਗੁਰੂ ਮਹਾਰਾਜ ਦੇ ਚਰਨਾਂ ਚ ਹੀ ਅਰਦਾਸ ਬੇਨਤੀ ਕਰਨੀ ਹਾਂਜੀ 100 ਰੁਪਈਆ ਪਾਲੀ ਨੂੰ ਕਿਹਦੇ ਵੱਲੋਂ ਜੀ ਤਾਇਆ ਜੀ ਰਾਮ ਸਿੰਘ ਐਨ ਆਰ ਆਈ ਹਾਂ ਐਨਆਰਆਈ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਆ ਰਾਮ ਸਿੰਘ ਜੀ ਐਨਆਰਆਈ ਔਰ ਵੱਡਾ ਸਹਿਯੋਗ ਤਾਂ ਜਿੱਥੇ ਟੂਰਨਾਮੈਂਟ ਕਮੇਟੀ ਨੂੰ ਖੁੱਲੀ ਮਾਇਆ ਦੇ ਕੇ ਉੱਥੇ ਖਿਡਾਰੀਆਂ ਦਾ ਵੱਡਾ ਮਾਣ ਕਰਦੇ ਨੇ ਰਾਮ ਸਿੰਘ ਜੀ ਐਨਆਰਆਈ ਔਰ ਭਾਵੇਂ ਸੱਤ ਸਮੁੰਦਰਾਂ ਤੋਂ ਪਾਰ ਬੈਠੇ ਔਰ ਸਾਡੇ ਤੁਰਾਸ਼ੀ ਵੀਰ ਪਰ ਆਪਣੇ ਵਿਰਸੇ ਨੂੰ ਨਹੀਂ ਭੁੱਲੇਗੇ ਆਪਣੀ ਕਬੱਡੀ ਆਪਣੇ ਵਿਰਸੇ ਦੇ ਨਾਲ ਜੁੜੇ ਆ ਚਾਹੇ ਸੱਤਾ ਸਮੁੰਦਰਾਂ ਤੋਂ ਪਾਰ ਜਾ ਕੇ ਬੈਠ ਗਏ ਪਰ ਪੰਜਾਬ ਦੀ ਮਿੱਟੀ ਦੇ ਨਾਲ ਡਾਢਾ ਮੋਹ ਹੈ ਵੀ ਪਰਦੇਸੀ ਵਸਣੇ ਵਾਲੇ ਹੋਵੇ ਕਿਤੇ ਵਤਨੀ ਫੇਰਾ ਪਾ ਲਿਓ ਹੋਵੇ ਪਰਦੇਸੀ ਵਸਣੇ ਵਾਲੇ ਹੋਵੇ ਕਿਤੇ ਵਤਨੀ ਫੇਰਾ ਪਾ ਲਿਓ ਹੋਵੇ ਇੱਕ ਚਿੱਤੇ ਆਪਣੀ ਮਾਂ ਰੱਖਣਾ ਇੱਕ ਮਿੱਟੀ ਆਪਣੇ ਵਤਨਾਂ ਦੀ ਤੁਸੀਂ ਦਿਲ ਦੇ ਵਿੱਚ ਵਸਾ ਲਿਓ ਹੋਵੇ ਪਰਦੇਸੀ ਵਸਣੇ ਵਾਲੇ ਹੋਵੇ ਕਿਤੇ ਵਤਨੀ ਫੇਰਾ ਪਾ ਲਿਓ ਹੋਵੇ ਹੈਲੋ ਉਹ ਪੰਜਾਂ ਟੀਮਾਂ ਨੂੰ ਬੇਨਤੀ ਆ ਉਧਰ ਮੇਰੇ ਵੀਰ ਗੁਰਮੇਲ ਸਿੰਘ ਜੀ 100 ਰੁਪਈਆ ਜੋ ਮੁੰਡੇ ਨੇ ਹੁਣੇ ਜੱਫਾ ਲਾਇਆ ਉਸ ਲਈ ਪੁੱਜਦਾ ਕਰਦੇ ਨੇ ਧੰਨਵਾਦ ਕਰਦੇ ਆ ਸਰਦਾਰ ਗੁਰਮੇਲ ਸਿੰਘ ਜੀ ਸਾਹਮਣੇ ਨੌਜਵਾਨ ਮੋਗੇ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ ਉਧਰ ਨੌਜਵਾਨ ਨੇ ਕੀਤਾ ਹਲਕਾ ਟੱਚ ਤੇ ਪੁਆਇੰਟ ਮੋਗੇ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ ਓਪਨ ਭਾਰ ਵਰਗ ਦੀਆਂ ਟੀਮਾਂ ਨੂੰ ਬੇਨਤੀ ਆ ਕਿ ਜਿੰਨਾ ਟੀਮਾਂ ਦੀ ਐਂਟਰੀ ਫੀਸ ਰਹਿੰਦੀ ਆ ਉਹ ਐਂਟਰੀ ਫੀਸ ਜਮ੍ਹਾਂ ਕਰਵਾਉਣ ਤੇ ਕੋਈ ਵੀ ਟੀਮ ਸਰਕਾਰ ਪੁੱਜੀ ਆ ਤਾਂ 5-7 ਮਿੰਟਾਂ ਦੇ ਵਿੱਚ ਟਾਈਆਂ ਕੱਢਣ ਲੱਗੇ ਆ ਟੀਮਾਂ ਆਪੋ ਆਪਣੀ ਐਂਟਰੀ ਕਾਊਂਟਰ ਤੇ ਜਮ੍ਹਾਂ ਕਰਵਾਓ ਅਗਲੀ ਗੱਲ ਨਿਰਮਲ ਸਿੰਘ ਜੀ ਲੰਘੇ ਆਣੀ ਆ ਹਾਂਜੀ
ਔਰ ਵੇਖਦੇ ਵੀ ਸਾਹਮਣੇ ਮੋਗੇ ਵਾਲੇ ਤਿੰਨ ਵੀਰ ਖੜੇ ਨੇ ਸਿਵਲਾਲ ਜੈਦਕਾ ਨੇ ਇਹਨਾਂ ਖਿਡਾਰੀਆਂ ਨੂੰ ਤਿਆਰ ਕੀਤਾ ਹੈ ਕੋਚਿੰਗ ਦੇ ਰਹੇ ਨੇ ਗਰਾਊਂਡ ਦੇ ਵਿੱਚ ਖੜੇ ਨੇ ਇਹਨਾਂ ਦਾ ਵੀ ਬਹੁਤ ਧੰਨਵਾਦ ਜੀ ਸਿਵਲਾਲ ਜੈਦਕਾ ਜੀ ਜਿਨ੍ਹਾਂ ਨੇ ਖਿਡਾਰੀਆਂ ਨੂੰ ਕਬੱਡੀ ਦੀਆਂ ਬਰੀਕੀਆਂ ਬਾਰੇ ਜਾਣਕਾਰੀ ਦਿੱਤੀ ਹੈ ਲਓ ਮੋਗੇ ਵਾਲਾ ਮੁੰਡਾ ਇਸ ਆਪਣੀ ਟੀਮ ਦੇ ਉੱਤੇ ਅੰਕ ਜੋੜਦਾ ਹੈ ਵਾਹ ਜੀ ਵਾਹ ਬਗੀਚਾ ਆਏ ਇਹ ਗੱਭਰੂ ਬਗੀਚਾ ਜੀ ਨੇ ਅਕਾਲਸਰ ਮੋਗੇ ਦੀ ਟੀਮ ਦੇ ਉੱਤੇ ਅੰਕ ਜੋੜਿਆ ਹਾਂ ਜੋ ਕਬੱਡੀ ਕੋਚ ਤਰਸੇਮ ਲਾਲ ਜੀ ਜਿੱਤਾ ਉਹਨਾਂ ਨੇ ਪਾਲੀ ਲਈ 100 ਰੁਪਇਆ ਪਹੁੰਚਾ ਕੀਤਾ ਜੀ ਬਹੁਤ ਮੇਰਾ ਠੀਕ ਹੈ ਜੀ ਵੱਡੇ ਵੱਲੋਂ ਆਇਆ ਜੀ 100 ਰੁਪਇਆ ਬਹੁਤ ਮਿਹਰਬਾਨੀ ਪਾਲੀ ਦੇ ਲਈ ਵੱਡੇ ਵੱਲੋਂ ਆਇਆ 100 ਰੁਪਇਆ ਬਹੁਤ ਮਿਹਰਬਾਨੀ ਸ਼ੁਕਰੀਆ ਬਹੁਤ ਧੰਨਵਾਦ ਜੀ ਲਓ ਪਾਲੀ ਨੇ ਫਿਰ ਕਬੱਡੀ ਪਾਤੀ ਹੈ ਉੜਦੀ ਹੋਈ ਤੂੜ ਹੁੰਦੀ ਬੱਲੇ ਬੱਲੇ ਆਉਂਦਾ ਜੂੜ ਇਸ ਵਕਤ ਵੇਖਦਾ ਵੀ ਪੂਰਾ ਜੋਰ ਲੱਗ ਚੁੱਕਿਆ ਹੈ ਆ ਨਏ ਰਿਸਾ ਉਹਨੇ ਕੱਢੀ ਭਾਈਆਂ ਦੀ ਗਾਲ ਦੀ ਮੈਂ ਸੱਸ ਗੋਡਿਆ ਥੱਲੇ ਲੈ ਲਈ ਉਹਨੇ ਕੱਢੀ ਭਾਈਆਂ ਦੀ ਗਾਲ ਮੁੰਡਾ ਢਾਕ ਕੇ ਹਿੱਕ ਤੇ ਬਹਿ ਗਿਆ ਬੱਲੇ ਬੱਲੇ ਕਰਵਾਉਣ ਵਾਲੀ ਗੱਲ ਹੈ ਹਿੱਕ ਦੇ ਜੋਰ ਤੇ ਕਬੱਡੀ ਖੇਡੀ ਜਾਂਦੀ ਹੈ ਕਹਿੰਦੇ ਇਸ ਵਕਤ ਦਾ ਵੀ ਨਸ਼ੇ ਪੱਤੇ ਤੋਂ ਬਚ ਕੇ ਕਬੱਡੀ ਖੇਡੀ ਜਾਂਦੀ ਹੈ ਔਰ ਬਰਿਆਈਆਂ ਨੂੰ ਛੱਡ ਕੇ ਵੀ ਜੇ ਖੇਡਣੀ ਹੋਵੇ ਕਬੱਡੀ ਤਾਂ ਦੁੱਧ ਡੈਰੀਏ ਦੀ ਪਾਈ ਦਾ ਜੇ ਮਰਦੀਆਂ ਤੁੱਪਾਂ ਨੂੰ ਪਿੰਡੇ ਉੱਤੇ ਹੰਡਾਈ ਦਾ ਤੇ ਪੋਹ ਮਾਘ ਦੀਆਂ ਠੰਡਾਂ ਦੇ ਵਿੱਚ ਨਿੱਘ ਛੱਡਣਾ ਪੈਂਦਾ ਰਜਾਈ ਦਾ ਫੇਰ ਕਿਤੇ ਬਣਨ ਵਾਲੇ ਸਹਿਣੀ ਪੈਂਦੀ ਕੋਚਾਂ ਦੀ ਮਾਰ ਮਿੱਤਰੋ ਫੇਰ ਜਾ ਕੇ ਬਣਿਆ ਜਾਂਦਾ ਹੈ ਕਬੱਡੀ ਦੇ ਸਟਾਰ ਮਿੱਤਰੋ ਫੇਰ ਜਾ ਕੇ ਬਣਿਆ ਜਾਂਦਾ ਹੈ ਕਬੱਡੀ ਦੇ ਸਟਾਰ ਮਿੱਤਰੋ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਆ ਓਪਨ ਦੀਆਂ ਟੀਮਾਂ ਨੂੰ ਕਿ ਅਸੀਂ ਟਾਈਆਂ ਕੱਢਣ ਜਾ ਰਹੇ ਹਾਂ ਜਦ ਵੀ ਕਿਸੇ ਟੀਮ ਦੀ ਐਂਟਰੀ ਨਹੀਂ ਆਈ ਉਹ ਟੀਮ ਟਾਈਆਂ ਵਿੱਚ ਨਹੀਂ ਪਾਈ ਜਾਵੇਗੀ ਇਹ ਖਿਡਾਰੀ ਵੀ ਨੋਟ ਕਰਨ ਪ੍ਰਬੰਧਕ ਵੀਰ ਟਾਈਆਂ ਕੱਢਣ ਜਾ ਰਹੇ ਨੇ ਜਿਹੜੀ ਵੀ ਟੀਮ ਦੀ ਐਂਟਰੀ ਨਹੀਂ ਆਈ ਉਹ ਟੀਮ ਟਾਈਆਂ ਵਿੱਚ ਨਹੀਂ ਪਾਈ ਜਾਵੇਗੀ ਹਾਂਜੀ ਨਿਰਮਲ ਜੀ ਹਾਂਜੀ ਬੇਨਤੀ ਹੈ ਵੀ ਜਿਹੜੀਆਂ ਟੀਮਾਂ ਪਹੁੰਚੀਆਂ ਐਂਟਰੀ ਸਾਰੀਆਂ ਹੀ ਟੀਮਾਂ ਸਟੇਜ ਤੇ ਪਹੁੰਚਦੀ ਕਰੋ ਔਰ ਸਾਹਮਣੇ ਦਿਖਦਾ ਹੈ ਫਿਰ ਕਬੱਡੀ ਪਾਉਣ ਦੇ ਲਈ ਪਾਲੀ ਗੱਭਰੂ 70 ਕਿਲੋ ਵਰਗ ਵਿੱਚ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ ਹੈ ਥੋੜਾ ਵਜਨ ਹੈ ਔਰ ਚੁਸਤੀ ਫੁਰਤੀ ਦਾ ਮਾਲਕ ਮੁੰਡਾ ਔਰ ਗੁੰਦਿਆ ਸ਼ਰੀਰ ਇਹਦੀ ਸਿਫਤ ਕਰਾਂ ਗੁੰਦਿਆ ਸ਼ਰੀਰ ਪਾਲੀ ਦੀ ਸਿਫਤ ਕਰਾਂ ਹੱਥ ਲਾ ਕੇ ਜਾਫੀ ਨੂੰ ਫੜਾਉਂਦਾ ਨਹੀਂ ਉਹ ਬਾਂ ਗੁੰਦਿਆ ਸ਼ਰੀਰ ਪਾਲੀ ਦੀ ਸਿਫਤ ਕਰਾਂ ਹੱਥ ਲਾ ਕੇ ਜਾਫੀ ਨੂੰ ਧਰ ਦਿੰਦਾ ਹੈ ਪਰਾਂ ਔਰ ਪਰਾਂ ਕਰਨ ਵਾਲੀ ਗੱਲ ਆ ਜਿੱਥੇ ਤੁਸੀਂ ਅੱਜ ਇਹਨਾਂ ਗੱਭਰੂਆਂ ਦੀ ਕਬੱਡੀ ਦਾ ਆਨੰਦ ਮਾਣਦੇ ਆ ਉੱਥੇ ਪੰਜਾਬ ਦੀਆਂ ਮਟਿਆਰਾਂ ਵੀ ਪਹੁੰਚੀਆਂ ਹੀ ਔਰ ਦੇਖਦੇ ਵੀ ਆਪਾਂ ਲੜਕੀਆਂ ਦੇ ਸ਼ੋ ਮੈਚਾਂ ਦਾ ਆਨੰਦ ਮਾਣਾਂਗੇ ਪਰ ਅੰਕ ਵਿਖਦਾ ਫਿਰ ਐਸੁਤ ਸਿੰਘਾਂ ਵਾਲੀਆ ਗੋਪੀ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ ਅਗਲੀਆਂ 70 ਦੇ ਸੈਮੀ ਦੀਆਂ ਦੋਨੋਂ ਟੀਮਾਂ ਗਰਾਊਂਡ ਪਹੁੰਚਣ ਕਬੱਡੀ 70 ਕਰੋੜ ਦੇ ਸੈਮੀ ਫਾਈਨਲ ਦੀਆਂ ਟੀਮਾਂ ਦੋਨੋਂ ਗਰਾਊਂਡ ਪਹੁੰਚਣ ਆ ਦੇਖਦੇ ਵੀ ਸੇਖਾ ਬਰਨਾਲਾ ਤੇ ਆਗੁਰ ਦਾ ਮੈਚ ਹੋਵੇਗਾ ਆ ਨਾਲ ਹੀ ਦਰਬਾਰ ਬਰਾੜ ਜੀ ਗੱਜਣ ਵਾਲੇ ਉਹ ਵੀ ਮੈਚ ਤੇ ਬੋਲ ਸਾਂਝੇ ਕਰਨ ਲਈ ਗਰਾਊਂਡ ਪਹੁੰਚੋ ਜੀ ਉਧਰ ਧੰਨਵਾਦ ਕਰਦੇ ਆ ਗੁਰਨੈਬ ਸਿੰਘ ਜੀ ਸੰਧੂ ਜੋ ਬੋਲਾਂ ਤੋਂ ਖੁਸ਼ ਹੋ ਕੇ 100 ਰੁਪਇਆ ਪੁੱਜਦਾ ਕਰਦੇ ਨੇ ਬਹੁਤ ਬਹੁਤ ਧੰਨਵਾਦ ਕਰ ਉਧਰ ਪਾਲੀ ਨੂੰ ਮੰਗੀ ਕਲੇਰ ਜੀ 100 ਰੁਪਇਆ ਪੁੱਜਦਾ ਕਰਦੇ ਨੇ ਧੰਨਵਾਦ ਕਰਦੇ ਆ ਮੰਗੀ ਕਲੇਰ ਜੀ ਜੋ ਵਿਸ਼ੇਸ਼ 100 ਰੁਪਇਆ ਪੁੱਜਦਾ ਕਰਦੇ ਨੇ ਪਾਲੀ ਵਾਸਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਜੀ ਗੁਰਨੈਬ ਸਿੰਘ ਜੀ ਸੰਧੂ ਸਾਹਿਬ
ਜਿੱਥੇ ਟੂਰਨਾਮੈਂਟ ਕਮੇਟੀ ਨੂੰ 21,000 ਦੇ ਕੇ ਬਹੁਤ ਵੱਡਾ ਮਾਣ ਹੈ, ਉੱਥੇ ਕਮੈਂਟੇਟਰਾਂ ਲਈ ਵੱਡੇ ਮਾਣ ਦੇ ਰਹੇ ਨੇ ਅਲੀ ਸੰਧੂ ਜੀ, ਗੁਰਨੈਸ਼ ਸੰਧੂ ਜੀ, ਬਹੁਤ ਧੰਨਵਾਦ ਜੀ, ਬੋਲਾਂ ਤੋਂ ਖੁਸ਼ ਹੋ ਕੇ ਵੱਡਾ ਮਾਣ ਕਰਕੇ ਸਰਦਾਰ ਗੁਰਨੈਸ਼ ਸਿੰਘ ਜੀ ਸੰਧੂ ਸਾਹਿਬ, ਔਰ ਡਾਕਟਰ ਵੱਲੋਂ ਬਹੁਤ ਵੱਡਾ ਮਾਣ ਆਏ, ਡਾਕਟਰ ਦਵਿੰਦਰ ਸਿੰਘ ਜੀ ਖੰਨਾ ਸਾਹਿਬ, ਇਹਨਾਂ ਨੂੰ ਬਹੁਤ ਵੱਡਾ ਮਾਣ ਆਏ, ਬਹੁਤ ਮਿਹਰਬਾਨੀ, ਸ਼ੁਕਰੀਆ। ਲਓ ਅਗਲੀ ਕਬੱਡੀ ਫਿਰ ਪੈ ਚੁੱਕੀ ਹੈ, ਹਾਂ ਸੰਭਲ ਕੇ ਸੰਭਲ ਕੇ ਲੜਨਾ ਨੀ, ਗੁੱਸਾ ਨੀ ਕਰਨਾ, ਸਿਆਣੇ ਕਹਿੰਦੇ ਗੁੱਸਾ ਆਇਆ ਅਕਲ ਗਈ, ਰੌਂਦ ਚਲਾਇਆ ਰਫਲ ਗਈ। ਕਬੱਡੀ 70 ਕਿਲੋ ਦੀਆਂ ਟੀਮਾਂ ਤਿਆਰ ਹੋ ਕੇ ਵੇਟਿੰਗ ਰੂਮ ਚ ਪਹੁੰਚਣ, ਇੱਕ ਟੀਮ ਤਾਂ ਪਹੁੰਚੀ ਖੜੀ ਮੈਂ ਦੇਖ ਰਿਹਾ, ਔਰ ਦੂਜੀ ਟੀਮ ਨੂੰ ਬੇਨਤੀ ਤਿਆਰ ਹੋ ਕੇ ਗਰਾਊਂਡ ਪਹੁੰਚੇ। ਸੇਖਾ ਬਰਨਾਲਾ ਤੇ ਔਗੜ ਦਾ ਮੈਚ ਹੋਵੇਗਾ, ਦੋਨੋਂ ਟੀਮਾਂ ਤਿਆਰੀ ਫੜ ਕੇ। ਹੈਲੋ ਨਿਰਮਲ ਜੀ, 2 ਮਿੰਟ ਨਿਰਮਲ ਜੀ, ਹਾਂਜੀ ਨਿਰਮਲ ਜੀ ਚੱਲ ਰਹੇ। ਲਓ ਸਾਹਮਣੇ ਵਿਖਦਾ ਸਤ ਨਹਿਰੀ ਸਾ, ਲੰਮੀ ਵਾਦਾ ਲਾਹ ਲੈ ਕੇ ਮੁੰਡੇ ਨੇ ਹਿੱਕ ਦੇ ਜ਼ੋਰ ਤੇ ਅੰਕ ਦਾ ਵਾਦਾ ਕੀਤਾ ਏ, ਵੀ ਛੱਡ ਮੇਰੀ ਬਾਹ ਮਿੱਤਰਾ, ਘਰੇ ਡੀਕਦੀ ਹੋਊਗੀ ਮੇਰੀ ਮਾਂ ਮਿੱਤਰਾ। ਮਾਂ ਡੀਕਦੀ ਹੈ ਵੀ ਅੱਜ ਮੋਗੇ ਮੇਰਾ ਪੁੱਤ ਖੇਡਣ ਗਿਆ ਏ ਅਕਾਲਸਰ ਗੁਰਦੁਆਰਾ ਸਾਹਿਬ ਦੇ ਵਿੱਚ, ਔਰ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ ਏ। ਮਾਂ ਉਡੀਕਦੀ ਕਰੇ ਬੈਠੀ ਵੀ ਕੱਪ ਜਿੱਤ ਕੇ ਲਿਆਊਗਾ ਮੇਰਾ ਪੁੱਤ। ਮਾਵਾਂ ਤੇ ਭੈਣਾਂ ਲੰਮੀ ਉਮਰ ਦੀਆਂ ਦੁਆਵਾਂ ਕਰਦੀਆਂ ਖਿਡਾਰੀਆਂ ਲਈ, ਔਰ ਕਈ ਖਿਡਾਰੀ ਵਿੱਚ ਗਾਲਾਂ ਦੇਣ ਲੱਗ ਜਾਂਦੇ, ਗਾਲ ਦੇ ਉੱਪਰ ਨੀ ਕੱਢਣੀ ਗਰਾਊਂਡ ਦੇ ਵਿੱਚ, ਕਿਉਂਕਿ ਬਹੁਤ ਮਾੜੀ ਗੱਲ ਹੁੰਦੀ ਗਰਾਊਂਡ ਦੇ ਵਿੱਚ ਚੰਗਾ ਗਾਲ ਕੱਢਣੀ। ਖਿਡਾਰੀ ਵੀਰਾਂ ਨੂੰ ਬੇਨਤੀ ਸਤਿਕਾਰ ਦੇ ਨਾਲ ਕਹਿੰਦੇ, ਤੁਰੇ ਚੱਲੋ ਹਰਜੀਤ ਬਾਜੇ ਦੀਆਂ ਪਾਈਆਂ ਪਿਰਤਾਂ ਤੇ, ਤੁਰੇ ਚੱਲੋ ਹਰਜੀਤ ਬਾਜੇ ਦੀਆਂ ਪਾਈਆਂ ਪਿਰਤਾਂ ਤੇ, ਮਾਨ ਮੇਜਰ ਨੂੰ ਪੂਰਾ ਜੰਗੀ ਆਣੀਏ ਭਾਈਆਂ ਤੇ। ਕਹਿੰਦੇ ਘੁੰਮੋ ਜਿੱਥੇ ਮਰਜ਼ੀ, ਆਪਣਾ ਵਿਰਸਾ ਨਹੀਂ ਛੱਡੀਦਾ, ਤੇ ਮਾਂ ਜੀ ਨਾਲ ਸਤਿਕਾਰ ਕਰੋ ਇਸ ਖੇਡ ਕਬੱਡੀ ਦਾ, ਤੁਸੀਂ ਮਾਂ ਜੀ ਦਾ ਸਤਿਕਾਰ ਕਰੋ ਇਸ ਖੇਡ ਕਬੱਡੀ ਦਾ, ਸਤਿਕਾਰ ਕਰੋ ਉਸ ਖੇਡ ਦਾ ਜਿਹਦਾ ਮੁੱਲ ਪੈ ਗਿਆ ਏ। ਅੱਜ ਤੁਹਾਡੇ ਰੋੜਾਂ ਤੇ ਖੇਡੀ ਹੋਈ ਸਾਡੇ ਬਜ਼ੁਰਗਾਂ ਦੀ ਕਬੱਡੀ ਅੱਜ ਕਰੋੜਾਂ ਤੇ ਪਹੁੰਚ ਗਈ, ਵੱਡੇ ਖਿਡਾਰੀਆਂ ਨੂੰ ਨਾਮ ਤੇ ਜਾਂਦੇ ਨੇ, ਪਾਲੀ ਦੀ ਕਬੱਡੀ ਪਈ ਆ ਤੇ ਸਿੰਘਾਂ ਵਾਲੀਆ ਮੁੰਡਾ ਘੁੱਟ ਕੇ ਕਲੇਜਿਆਂ ਲਾਉਣ ਦੀ ਗੱਲ ਕਰ ਗਿਆ ਏ ਵੀ ਮੈਨੂੰ ਘੁੱਟ ਕੇ ਬਾਹਾਂ ਦੇ ਵਿੱਚ ਲੈ ਲਿਆ, ਨੀ ਆਪਣਾ ਪਿਆਰਾ ਜਾਣ ਕੇ ਮੈਨੂੰ ਘੁੱਟ ਕੇ ਬਾਹਾਂ ਦੇ ਵਿੱਚ ਲੈ ਲਿਆ, ਆਪਣਾ ਪਿਆਰਾ ਜਾਣ ਕੇ। ਠੀਕ ਹੈ ਜੀ, ਜੀਵਨ ਇੱਥੋਂ ਮੋਗੇ ਦਾ ਹੀ ਆ ਮੁੰਡਾ, ਉਹਨਾਂ ਦੇ ਰਿਸ਼ਤੇਦਾਰ ਬਾਹਰ ਖੜੇ ਨੇ ਗੇਟ ਤੇ, ਜੀਵਨ ਪਹੁੰਚੇ ਜੀ ਬਾਹਰ ਜਿੱਥੇ ਮੇਰੀ ਆਵਾਜ਼ ਸੁਣਦਾ। ਔਗੜ ਆ ਗਈ ਜੀ, ਸੇਖਾ ਬਰਨਾਲੇ ਟੀਮ ਨੂੰ ਬੇਨਤੀ ਗਰਾਊਂਡ ਪੁੱਜੇ ਸੇਖਾ ਬਰਨਾਲਾ, ਤੇ ਨਾਲ ਹੀ ਬਰਾੜ ਸਾਹਿਬ ਦਰਬਾਗ ਬਰਾੜ ਜੀ ਤਿਆਰੀ ਖਿੱਚ ਕੇ ਗਰਾਊਂਡ ਤੇ ਜਾਣਗੇ ਮੈਚ ਤੇ ਬੋਲਣ ਦੇ ਲਈ। ਮੈਂ ਸਾਹਮਣੇ ਦੇਖਦਾ ਫਿਰ, ਪਾਲੀ ਲਾ ਦੇ ਜਿੰਦਰੇ, ਗੁੱਟ ਨੂੰ ਫੜ ਕੇ ਲਾ ਦੇ ਜਿੰਦਰੇ, ਤੇ ਕੋਈ ਹੱਥ ਛਡਾਵੇ ਨਾ, ਹੁਣ ਮਾਰ ਸੋਹਣਿਆ ਕੈਂਚੀ ਤੇ ਰੇਡਰ ਸੁੱਤਾ ਜਾਵੇ ਨਾ। ਆ ਜੀ ਵਾਹ, ਉਹਦੇ ਬੰਦਰਾ ਹੈਲੋ, ਖਤਰੇ ਦਾ ਗੁੱਗੂ ਬੋਲ ਗਿਆ ਪਾਲੀ। ਉਹਦਾ ਧੰਨਵਾਦ ਕਰਦੇ ਆ ਮੰਗੀ ਕਲੇਰ ਜੀ, ਜੋ 100 ਰੁਪਈਆ ਪਾਲੀ ਲਈ ਪੁੱਜਦਾ ਕਰਦੇ ਨੇ। ਗੁਰਮੇਲ ਸਿੰਘ ਜੀ ਦਾ ਧੰਨਵਾਦ ਕਰਦੇ ਆ, ਜੋ ਕਿ ਬਗੀਚੇ ਲਈ 200 ਰੁਪਈਆ ਪੁੱਜਦਾ ਕਰਦੇ ਨੇ, ਬਹੁਤ ਬਹੁਤ ਧੰਨਵਾਦ ਕਰਦੇ ਆ ਵੀਰਾਂ ਦਾ। ਰਾਮ ਸਿੰਘ NRI ਵੱਲੋਂ ਪਾਲੀ ਨੂੰ 100 ਰੁਪਈਆ ਨਾਮ
ਬਾਬੀ ਆ ਕੇ 100 ਰੁਪਈਆ ਆਪਦਾ ਲੈ ਜਾਂਦਾ। ਬਹੁਤ ਬਹੁਤ ਧੰਨਵਾਦ ਜੀ ਸਾਡੇ ਅੰਕਲ ਜੀ ਸਰਦਾਰ ਰਾਮ ਸਿੰਘ ਜੀ ਐਨ ਆਰ ਆਈ, ਬਹੁਤ ਵੱਡਾ ਸਹਿਯੋਗ ਹੈ ਇਸ ਕਬੱਡੀ ਕੱਪ ਦੇ ਉੱਤੇ। 100 ਰੁਪਈਆ ਪਾਲੀ ਦੇ ਜਨਰਲ ਨੂੰ ਚੁੱਕੇ, ਵੱਡਾ ਮਾਨ ਦੇ ਰਹੇ ਨੇ, ਬਹੁਤ ਮਿਹਰਬਾਨੀ, ਸ਼ੁਕਰੀਆ। ਐਨ ਆਰ ਆਈ ਵੀਰਾਂ ਨੇ ਇਸ ਕਬੱਡੀ ਦਾ ਮੁੱਲ ਪਾਤਾ ਹੈ, ਲੱਖਾਂ ਤੋਂ ਲੱਖਾਂ ਦੀ ਤੇ ਲੱਖਾਂ ਤੋਂ ਕਰੋੜਾਂ ਤੱਕ ਪਹੁੰਚ ਚੁੱਕੀ ਹੈ। ਹਾਂਜੀ ਲਓ ਜੀ, ਇਹ ਸੀਗਾ ਫਾਈਨਲ ਮੈਚ ਜਿਹਦੇ ਵਿੱਚੋਂ ਅਕਾਲ ਸਰ ਮੋਗੇ ਦੀ ਟੀਮ ਦੇ ਪੁਆਇੰਟ 15.5 ਤੇ 10 ਪੁਆਇੰਟ ਸਿੰਘਾਂ ਵਾਲਾ। ਤਾੜੀ ਮਾਰ ਦਿਓ ਆਪਣੇ ਅਕਾਲ ਸਰ ਮੋਗੇ ਦੀ ਟੀਮ ਫਸਟ ਪਹਿਲੇ ਨੰਬਰ ਤੇ ਰਹੀ ਹੈ ਜੀ, ਤਾੜੀ ਮਾਰ ਦਿਓ ਆਪਣੇ ਪਿੰਡ ਦੇ ਨਾਂ ਦੀ ਟੀਮ ਤੇ, ਸ਼ਹਿਰ ਦੇ ਨਾਂ ਤੇ। ਆ ਦੂਜੇ ਨੰਬਰ ਤੇ ਸਿੰਘਾਂ ਵਾਲਾ ਗਵਾਂਢੀ ਪਿੰਡ ਹੈ, ਔਰ 100 ਰੁਪਈਆ ਗੁਰਮੇਲ ਸਿੰਘ ਜੀ ਉਹ ਵੀ ਪਾਲੀ ਦੀ ਪਹੁੰਚਦਾ ਕਰਕੇ ਨੇ, ਬਹੁਤ ਮਿਹਰਬਾਨੀ, ਮੁਬਾਰਕਬਾਦ ਜੀ ਅਕਾਲ ਸਰ ਸਾਰੇ ਹੀ ਇਸ ਨਗਰ ਵਾਸੀਆਂ ਨੂੰ, ਸਾਰੇ ਸ਼ਹਿਰ ਵਾਸੀਆਂ ਨੂੰ। ਔਰ ਪਹਿਲੇ ਨੰਬਰ ਤੇ ਰਹੀ ਟੀਮ ਜਿਹੜੀ ਹੈ ਕਬੱਡੀ 54 ਕਿਲੋ ਵਰਗ ਔਰ 70 ਕਿਲੋ ਵੀ ਫਾਈਨਲ ਦੇ ਵਿੱਚ ਪ੍ਰਵੇਸ਼ ਕਰ ਚੁੱਕੀ ਹੈ। ਮੁਬਾਰਕਬਾਦ ਤੁਹਾਨੂੰ ਦੋਨੋਂ ਟੀਮਾਂ ਆਪਣੀਆਂ ਫਾਈਨਲ ਮੈਚ ਖੇਡਣ ਲਈ ਹੈ। ਅਗਲੇ ਸੈਮੀਫਾਈਨਲ ਟੀਮਾਂ ਪਹੁੰਚ ਚੁੱਕੀਆਂ ਦੋਨੋਂ, ਔਗੜ ਤੇ ਸੇਖਾ ਬਰਨਾਲਾ ਟੀਮ ਪਹੁੰਚੇ ਜਲਦੀ, ਔਗੜਾ ਟੀਮ ਪਹੁੰਚ ਚੁੱਕੀ। ਹੈਲੋ ਸੇਖੇ ਦੀ ਟੀਮ ਨੂੰ ਸਾਡੀ ਬੇਨਤੀ ਹੈ ਵੀ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਪੁੱਜ ਜਾਵੇ। ਔਗੜਾਂ ਦੀ ਟੀਮ ਜਿਹੜੀ ਖੇਡ ਮੈਦਾਨ ਦੇ ਵਿੱਚ ਪੁੱਜੀ ਹੋਈ ਹੈ, ਸੇਖਾ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ, ਮੇਰੀ ਬੇਨਤੀ ਹੈ ਜਲਦੀ ਦੇ ਨਾਲ ਟੀਮ ਜਿਹੜੀ ਖੇਡ ਮੈਦਾਨ ਵਿੱਚ ਪੁੱਜੇ।
ਹੈਲੋ ਲਓ ਇਸ ਸਮੇਂ ਮੈਚ ਜਿਹੜਾ ਖੇਡ ਮੈਦਾਨ ਦੇ ਵਿਚਕਾਰ ਖੇਡਿਆ ਜਾਵੇਗਾ ਇੱਕ ਪਾਸੇ ਟੀਮ ਜਿਹੜੀ ਆ ਉਗੜ ਪਿੰਡ ਕਹਿੰਦੇ ਵੀ ਜ਼ਿਲ੍ਹੇ ਮੋਗੇ ਦਾ ਪਿੰਡ ਹੈ ਦੂਸਰੇ ਪਾਸੇ ਸੇਖਾ ਪਿੰਡ ਜ਼ਿਲ੍ਹੇ ਬਰਨਾਲੇ ਦਾ ਹੈ ਮੈਚ ਇਸ ਸਮੇਂ ਖੇਡ ਮੈਦਾਨ ਦੇ ਵਿਚਕਾਰ ਸਟਾਰਟ ਹੋਣ ਜਾ ਰਿਹਾ ਹੈ ਸਟੇਜ ਵਾਲੇ ਪਾਸੇ ਟੀਮ ਜਿਹੜੀ ਇਹ ਟੀਮ ਆ ਜ਼ਿਲ੍ਹੇ ਮੋਗੇ ਦੇ ਕਹਿੰਦੇ ਔਗੜ ਪਿੰਡ ਦੀ ਹੈ ਤੇ ਦੂਸਰੇ ਪਾਸੇ ਟੀਮ ਜ਼ਿਲ੍ਹੇ ਬਰਨਾਲੇ ਦਾ ਸੇਖਾ ਪਿੰਡ ਹੈ ਇਸ ਸਮੇਂ ਖੇਡ ਮੈਦਾਨ ਦੇ ਵਿਚਕਾਰ ਮੁਕਾਬਲਾ ਜਿਹੜਾ ਖੇਡਣ ਜਾ ਰਿਹਾ ਕਬੱਡੀ 70 ਕਿਲੋ ਭਾਰ ਦਾ ਇਹ ਸੈਮੀ ਫਾਈਨਲ ਮੈਚ ਹੈ ਨਾਲ ਹੀ ਜਿੰਨੇ ਵੀ ਸਾਡੇ ਦਰਸ਼ਕ ਵੀਰ ਪੁੱਜੇ ਹੋਏ ਹੈ ਅਕਾਲਸਰ ਯੂਥ ਕਲੱਬ ਦੇ ਵੱਲੋਂ ਸਾਰੇ ਹੀ ਪੁੱਜੇ ਹੋਏ ਦਰਸ਼ਕ ਵੀਰਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਇਸ ਸਮੇਂ ਦੇਖਦੇ ਵੀ ਬਾਬੇ ਭਾਈ ਰੂਪਾ ਜੀ ਦੀ ਧਰਤੀ ਹੈ ਕਹਿੰਦੇ ਵੀ ਜ਼ਿਲ੍ਹੇ ਬਠਿੰਡੇ ਦਾ ਭਾਈ ਰੂਪਾ ਪਿੰਡ ਪੂਰੀ ਦੁਨੀਆ ਭਰ ਵਿੱਚ ਪ੍ਰਸਿੱਧ ਹੈ ਇਸ ਸਮੇਂ ਕਿਰਨੀ ਦੇਖਦੇ ਵੀ ਨੌਜਵਾਨ ਭਾਈ ਰੂਪੇ ਪਿੰਡ ਦਾ ਪੁਆਇੰਟ ਜਿਹੜਾ ਪਹਿਲਾਂ 1.5 ਪੁਆਇੰਟ ਇੱਧਰ ਔਗੜਾਂ ਦੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਚੱਲ ਵੀ ਨੌਜਵਾਨ ਭਾਵੀ ਕਬੱਡੀ ਜੀਤੂ ਇਸ ਸਮੇਂ ਦੇਖਦੇ ਪੂਰਨ ਪਿੰਡ ਹੈ ਨੌਜਵਾਨ ਕਬੱਡੀ ਖਿਡਾਰੀ ਦਾ ਇਸ ਸਮੇਂ ਸੇਖੇ ਦੇ ਵੱਲੋਂ ਵੱਧ ਕੇ ਕਬੱਡੀ ਪਾਉਂਦਾ ਹੋਇਆ ਗੁੰਦਵਾ ਸਰੀਰ ਹੈ ਕਿ ਲਾ ਕੇ ਯਾਰ ਉਹ ਮਿਹਨਤ ਸੋਹਣੇ ਸਰੀਰ ਘੁਮਾਏ ਨੇ ਵਿੱਚ ਗਰਾਊਂਡ ਦੇ ਖੇਡਣ ਗੱਭਰੂ ਕਬੱਡੀ ਆਏ ਨੇ ਤੇ ਗੱਲ ਕਰਨੀ ਹੈ ਪੈਂਦੀ ਇਹਨਾਂ ਹਾਜ਼ਰ ਜਵਾਬੀਆਂ ਦੀ ਤੂੰ ਖੜ ਕੇ ਦੇਖ ਜਵਾਨਾ ਕਬੱਡੀ ਖੇਡ ਪੰਜਾਬੀਆਂ ਦੀ ਲਓ ਇਧਰਲੇ ਬੰਨੇ ਸੋਹਣਾ ਜਲਾਲਾਬਾਦ ਪਿੰਡ ਦਾ ਨੌਜਵਾਨ ਪੁਆਇੰਟ ਜਿਹੜਾ ਔਗੜਾਂ ਦੀ ਟੀਮ ਦੇ ਹਿੱਸੇ ਜੋੜਦਾ ਹੈ ਚੱਲ ਵੀ ਨੌਜਵਾਨ ਭਾਵੀ ਕਬੱਡੀ ਭਾਈ ਰੂਪਾ ਪਿੰਡ ਕਹਿੰਦੇ ਘੋੜੇ ਦਾ ਪਿੰਡ ਹੈ ਸੀਰਾ ਕਹਿੰਦੇ ਹੇਜ ਦੀ ਟੀਮ ਲਈ ਖੇਡਿਆ ਇੰਗਲੈਂਡ ਦੇ ਖੇਡ ਮੈਦਾਨਾਂ ਵਿੱਚ ਲਓ ਉਸੇ ਹੀ ਪਿੰਡ ਦਾ ਕਿਰਨੀ ਨੌਜਵਾਨ ਕਹਿੰਦੇ ਮੱਠੰਡਿਆਂ ਦੇ ਦਾਰੇ ਦੀ ਟੀਮ ਲਈ ਖੇਡਿਆ ਕੈਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ ਆਜ਼ਾਦ ਕਬੱਡੀ ਕਲੱਬ ਲਈ ਕਹਿੰਦੇ ਦੁਨੀਆ ਸਪੀਡੀ ਦੇ ਨਾਂ ਨਾਲ ਜਾਣਦੀ ਇਸ ਖਿਡਾਰੀ ਨੂੰ ਇਸ ਸਮੇਂ ਕਿਰਨੀ ਭਾਈ ਰੂਪੇ ਪਿੰਡ ਦਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹਮੀਦੀ ਪਿੰਡ ਕਹਿੰਦੇ ਕਾਲੇ ਨੇ ਪੂਰੀ ਦੁਨੀਆ ਭਰ ਵਿੱਚ ਪ੍ਰਸਿੱਧ ਕੀਤਾ ਲਓ ਉਸੇ ਹੀ ਪਿੰਡ ਦਾ ਆ ਨੌਜਵਾਨ ਖਿਡਾਰੀ ਇਸ ਸਮੇਂ ਗੁਰਸੇਵਕ ਸਿੰਘ ਸੇਵਕ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਔਰ ਦੂਸਰੇ ਪਾਸੇ ਔਗੜ ਪਿੰਡ ਕਹਿੰਦੇ ਕਮਿੱਕਰ ਦਾ ਪਿੰਡ ਹੈ ਇਸ ਸਮੇਂ ਭਾਈ ਵੀ ਕਬੱਡੀ 2 ਨੰਬਰ ਤੋਂ ਨੌਜਵਾਨ ਨੇ ਪੂਰੀ ਕੀਤੀ ਕੋਸ਼ਿਸ਼ ਦੇਖਦੇ ਵੀ ਇਸ ਸਮੇਂ ਉੱਡਦੀ ਧੂੜ ਹੈ ਦੇਖਦੇ ਵੀ ਧੂੜਾ ਪੱਟੀ ਜਾਂਦੇ ਨੇ ਜਿਹਨਾਂ ਦੁੱਧ ਮਾਵਾਂ ਦਾ ਪੀਤਾ ਲੋਕੋ ਫੜਨੇ ਸੌਖੇ ਨੀ ਦੁੱਲਾ ਤੇ ਕੁਲਜੀਤਾ ਲੋਕੋ ਫੜਨੇ ਸੌਖੇ ਨੀ ਕਬੱਡੀ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਪੁੱਜੀਆਂ ਸਾਰੀਆਂ ਹੀ ਟੀਮਾਂ ਨੂੰ ਜੀ ਆਇਆਂ ਆਖਿਆ ਜਾਂਦਾ ਧੰਨਵਾਦ ਹੈ ਸਾਰੀਆਂ ਟੀਮਾਂ ਦਾ ਔਰ ਨਾਲ ਹੀ ਅਗਲੇ ਜਿਹੜੀਆਂ ਕਬੱਡੀ ਓਪਨ ਦੀਆਂ ਜਿਹੜੀਆਂ ਟਾਈਆਂ ਅਸੀਂ ਕੱਢਣ ਜਾ ਰਹੇ ਹਾਂ ਸਾਰੀਆਂ ਟੀਮਾਂ ਦੇ ਪਲੇਅਰਾਂ ਨੂੰ ਬੇਨਤੀ ਹੈ ਮੇਰੇ ਵੀਰ ਗਰਾਊਂਡ ਦੇ ਨੇੜੇ ਰਹਿਣਗੇ ਚੱਲ ਵੀ ਨੌਜਵਾਨ ਭਾਵੀ ਕਬੱਡੀ ਇਧਰਲੇ ਬਣੇ ਵੇਖਦੇ ਵੀ ਰਾਜੂ ਇਸ ਸਮੇਂ ਨੌਜਵਾਨ ਔਗੜ ਪਿੰਡ ਦਾ ਵੱਧ ਕੇ ਕਬੱਡੀ ਪਾਉਂਦਾ ਹੋਇਆ 4 ਜਾਫੀ ਹੈ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਕਹਿੰਦੇ ਵੀ ਸੇਖਾ ਪਿੰਡ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਮੋਟਰ ਮਿੱਤਰਾਂ ਦੀ ਚੱਲ ਬਰਨਾਲੇ ਚੱਲੀਏ ਲਓ ਇਸ ਸਮੇਂ ਕੀਤੀ ਕੋਸ਼ਿਸ਼ ਸਾਹਮਣੇ ਨੌਜਵਾਨ ਦਾ ਰੱਖਿਆ ਤੌਰ ਤੇ ਹੱਥ ਫੜਦਾ ਗੁੱਟ ਪਰ ਮਹਿੜੇ ਪਿੰਡ ਦਾ ਜਸਵੀਰ ਨੌਜਵਾਨ ਫੈਸਲਾ ਕਰਦਾ ਹੈ ਵੀ ਪੁਆਇੰਟ ਜਿਹੜਾ ਨੌਜਵਾਨ ਭਾਵੀ ਦਾ ਹੈ ਚੱਲ ਵੀ ਨੌਜਵਾਨ ਦਾ ਭਾਵੀ ਕਬੱਡੀ ਇਧਰਲੇ ਬਣੇ ਕਦੇ ਕੁਰੜ ਛਾਪੇ ਦੇ ਜਗਜੀਤ ਫੌਜੀ ਦੀਆਂ ਗੱਲਾਂ ਹੁੰਦੀਆਂ ਉਸ ਇਹੀ ਪਿੰਡ ਦਾ ਨੌਜਵਾਨ ਕੁਰੜ ਪਿੰਡ ਦਾ ਜੀਤੂ ਕਬੱਡੀ ਪਾ ਰਿਹਾ ਅਮਨ ਸਾਡੇ ਵੀਰ ਵੱਲੋਂ ਜਿਹੜਾ 54 ਕਿਲੋ ਦਾ ਕਬੱਡੀ ਪਲੇਅਰ ਬਗੀਚਾ ਹੈ ਉਹਦੇ ਲਈ 100 ਰੁਪਏ ਦਾ ਮਾਣ ਪਿਆਰ ਪੁੱਜਿਆ ਧੰਨਵਾਦ ਹੈ ਬਗੀਚਾ ਜਿਹੜਾ 54 ਕਿਲੋ ਵੇਟ ਦਾ ਪਲੇਅਰ ਬਗੀਚਾ ਇਹਦੇ ਲਈ 100 ਰੁਪਇਆ ਚੱਲ ਵੀ ਨੌਜਵਾਨ ਪਾ ਵੀ ਕਬੱਡੀ
ਇਧਰਲੇ ਬੰਨੇ ਵੇਖਦੇ ਵੀ ਨੌਜਵਾਨ ਗੱਭਰੂ ਕਬੱਡੀ ਪਾਉਂਦਾ ਹੋਇਆ ਹੈ, ਉਧਰ ਸਾਡੇ ਗੁਰਨੈਬ ਸਿੰਘ ਸੰਧੂ ਸਾਹਿਬ ਬਹੁਤ ਸਾਰਾ ਮਾਣ ਪਿਆਰ ਸਾਰੇ ਕਮੈਂਟਰਾਂ ਦੇ ਲਈ ਪਹੁੰਚਦਾ ਕੀਤਾ ਹੈ। ਲਓ ਕਿਰਨੀ ਭਾਈ ਰੂਪੇ ਪਿੰਡ ਦਾ ਇਸ ਸਮੇਂ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ। ਚੱਲ ਵੀ ਨੌਜਵਾਨ ਭਾਵੀ ਕਬੱਡੀ ਇਧਰਲੇ ਬੰਨੇ ਪੈਂਦੀ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਕੁਰੜ ਪਿੰਡ ਦੇ ਗੀਤੂ ਦੀ ਹੈ। ਦੇਖਦੇ ਵੀ ਨੌਜਵਾਨ ਗੱਭਰੂ ਭਾਰ ਦੂਸਰੇ ਪਾਸੇ ਸਿੰਘ ਇਜ਼ ਕਿੰਗ, ਨੌਜਵਾਨ ਨੇ ਪੂਰੀ ਕੋਸ਼ਿਸ਼ ਕੀਤੀ ਹੈ ਤੇ ਲਓ ਫੈਸਲਾ ਦੇਖਦੇ ਵੀ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਹੈ। ਚੱਲ ਵੀ ਜਵਾਨਾ ਭਾਵੀ ਕਬੱਡੀ ਇਧਰਲੇ ਬੰਨੇ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਹੈ। ਨੌਜਵਾਨ ਗੱਭਰੂ ਕਿਰਨੀ ਭਾਈ ਰੂਪੇ ਪਿੰਡ ਦਾ ਨੌਜਵਾਨ ਕਬੱਡੀ ਪਾਉਂਦਾ ਹੋਇਆ ਹੈ। ਧੰਨ ਧੰਨ ਬਾਬਾ ਭਾਈ ਰੂਪ ਚੰਦ ਜੀ ਦੀ ਪਾਵਨ ਪਵਿੱਤਰ ਧਰਤੀ ਹੈ। ਕਬੱਡੀ ਦੇ ਵਿੱਚ ਵੱਡਾ ਨਾਮ ਹੈ ਭਾਈ ਰੂਪੇ ਪਿੰਡ ਦਾ, ਪਰ ਇਸ ਸਮੇਂ ਵੇਖਦੇ ਵੀ ਪੁਆਇੰਟ ਜਿਹੜਾ ਔਕੜਾਂ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ। ਇਧਰਲੇ ਬੰਨੇ ਪੁਆਇੰਟ ਜਿਹੜਾ ਕਿਰਨੀ ਦਾ ਹੈ। ਚੱਲ ਵੀ ਨੌਜਵਾਨਾਂ ਭਾਵੀ ਕਬੱਡੀ ਇਧਰਲੇ ਬੰਨੇ ਫਿਰ ਕਬੱਡੀ ਪੈਂਦੀ ਹੈ ਕਿ ਗੱਭਰੂ ਦੇਸ਼ ਮੇਰੇ ਦੇ ਸੋਹਣੇ ਚੌੜੀਆਂ ਹਿੱਕਾਂ ਤੇ ਮਨਮੋਹਣੇ ਜਾਦੇ ਆਉਂਦੇ ਵਿੱਚ ਮੈਦਾਨਾਂ ਦੇ, ਫਿਰ ਵੇਖਣ ਵਾਲੇ ਹੁੰਦੇ ਦੋਸਤੋ ਜੋਹਰ ਜਵਾਨਾਂ ਦੇ, ਅੱਜ ਵਿੱਚ ਮੈਦਾਨੇ ਪਰਖੇ ਜਾਂਦੇ ਯਾਰੋ ਜੋਰ ਜਵਾਨਾਂ ਦੇ, ਜਵਾਨਾਂ ਦੇ ਜੋਰ ਹੈ। ਇਸ ਸਮੇਂ ਵੇਖਦੇ ਵੀ ਛੋਟੀ ਉਮਰ ਹੈ, ਨੌਜਵਾਨ ਦਾ ਗੁੰਦਮਾ ਸਰੀਰ ਹੈ, ਲਓ ਕੱਲਾ ਕੱਲਾ ਅੰਗ ਗਵਾਹੀ ਭਰਦਾ ਲੱਗੀ ਹੋਈ ਮਿਹਨਤ ਦਾ। ਇਸ ਸਮੇਂ ਰਾਜੂ ਔਗੜ ਪਿੰਡ ਦਾ ਨੌਜਵਾਨ ਖਿਡਾਰੀ, ਦੇਖਦੇ ਵੀ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ, ਪੁਆਇੰਟ ਜਿਹੜਾ ਔਗੜਾਂ ਦੀ ਟੀਮ ਦਾ ਹੈ। ਚੱਲ ਵੀ ਜਵਾਨਾ ਭਾਵੀ ਕਬੱਡੀ ਉਰੜ ਪਿੰਡ, ਕਹਿੰਦੇ ਵੀ ਦੀਪ ਗਿੱਲ ਦਾ ਪਿੰਡ ਹੈ, ਇਸ ਸਮੇਂ ਭਾਈ ਵੀ ਕਬੱਡੀ ਹੈ। ਦੇਖਦੇ ਵੀ ਨੌਜਵਾਨ ਗੱਭਰੂ ਗੀਤੂ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਹੈ। ਚਾਰ ਜਾਫੀ ਹੈ, ਇੱਕ ਨਹੀਂ ਤੇ ਦੇਖਦੇ ਵੀ ਲਾਲ ਦੀਕਰ ਦੇ ਵਿੱਚ ਜਲਾਲਾਬਾਦ ਪਿੰਡ ਹੈ ਨੌਜਵਾਨ ਦਾ ਸੋਹਣਾ, ਪਰ ਇਸ ਸਮੇਂ ਦੇਖਦੇ ਵੀ ਨੌਜਵਾਨ ਸਿੰਘ ਸਰਦਾਰ ਦੀ ਕੀਤੀ ਕੋਸ਼ਿਸ਼ ਹੈ। ਦੇਖਦੇ ਵੀ ਪੁਆਇੰਟ ਕਿਸ ਗੱਭਰੂ ਦੇ ਹਿੱਸੇ ਜੁੜੇਗਾ, ਇੱਕ ਪਾਸੇ ਔਗੜ ਵਾਲਾ ਦੂਸਰੇ ਪਾਸੇ ਕੁਰੜ ਵਾਲਾ। ਇਸ ਸਮੇਂ ਫੈਸਲਾ ਦੇਖਾਂਗੇ ਵੀ ਕੀ ਹੁੰਦਾ ਖੇਡ ਮੈਦਾਨ ਦੇ ਵਿੱਚ ਵਾਦ ਕਬੱਡੀ ਦਾ। ਵਾਹ, ਪੁਆਇੰਟ ਜਿਹੜਾ ਨੌਜਵਾਨ ਗੱਭਰੂ ਦੇ ਹਿੱਸੇ ਜਾਫੀਆਂ ਦੇ ਹਿੱਸੇ ਹੈ। ਚੱਲ ਵੀ ਨੌਜਵਾਨਾਂ ਭਾਵੀ ਕਬੱਡੀ ਗੋਰਾ ਨਿਸ਼ੋਰ ਰੰਗ ਹੈ ਨੌਜਵਾਨ ਗੱਭਰੂ ਇਸ ਸਮੇਂ ਵੇਖਦੇ ਵੀ ਖੁੰਦ ਮਹਿੰਜੇ ਸਰੀਰ ਵਾਲਾ ਨੌਜਵਾਨ ਗੱਭਰੂ ਇਸ ਸਮੇਂ ਕਿਰਨੀ ਭਾਈ ਰੂਪੇ ਪਿੰਡ ਦਾ ਕਬੱਡੀ ਪਾਉਂਦਾ ਹੈ। ਉਧਰ ਕਹਿੰਦੇ ਵੀ ਪੰਜਾਬ ਲਾਈਵ ਡੋਟ ਕਾਮ ਪੂਰੀ ਦੁਨੀਆ ਭਰ ਦੇ ਵਿੱਚ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਹੈ ਅੱਜ ਦੇ ਇਸ ਕਬੱਡੀ ਦੇ ਟੂਰਨਾਮੈਂਟ ਦਾ। ਇਧਰ ਧੰਨਵਾਦ ਹੈ ਗੱਭਰ ਸਾਊਂਡ ਵਾਲੇ, ਇਧਰ ਸਾਡੇ ਵੀਰ ਸੂਦ ਡਿਜੀਟਲ ਸਟੂਡੀਓ ਵਾਲੇ, ਸਾਡੇ ਸਤਿਕਾਰਯੋਗ ਹੈ ਉਧਰ ਧਾਲੀਵਾਲ ਟੈਂਟ ਹਾਊਸ ਵਾਲੇ। ਚੱਲ ਵੀ ਜਵਾਨਾ ਇਧਰਲੇ ਪਾਸੇ ਵੇਖਦੇ ਵੀ ਸੇਖੇ ਦਾ ਗੱਭਰੂ ਲਾਲ ਰੰਗ ਦੀ ਨੀਕਰ ਦੇ ਵਿੱਚ ਕਬੱਡੀ ਪਾਉਂਦਾ ਹੈ, ਪਰ ਵੇਖਦੇ ਵੀ ਦੂਸਰੇ ਪਾਸੇ ਜਲਾਲਾਬਾਦ ਪਿੰਡ ਆ ਨੌਜਵਾਨ ਖਿਡਾਰੀ ਇਸ ਸਮੇਂ ਸੋਹਣਾ ਜਲਾਲਾਬਾਦ ਪਿੰਡ ਦਾ ਕੋਸ਼ਿਸ਼ ਕਰਦਾ ਹੈ ਤੇ ਪੁਆਇੰਟ ਜਿਹੜਾ ਇਸ ਸਮੇਂ ਸੇਖੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਹੈ। ਚੱਲ ਵੀ ਰਾਜੂ ਭਾਵੀ ਕਬੱਡੀ, ਇੱਕ ਦੇਖਦੇ ਵੀ ਨੰਗਲ ਵਾਲਾ ਪ੍ਰਸਿੱਧ ਹੈ, ਕਦੇ ਰਾਜੂ ਭਿੰਡਰਾਂ ਦਾ ਪ੍ਰਸਿੱਧ, ਇਸ ਸਮੇਂ ਪਾਈ ਹੋਈ ਕਬੱਡੀ ਨੌਜਵਾਨ ਔਗੜ ਪਿੰਡ ਦਾ ਰਾਜੂ ਖੇਡ ਮੈਦਾਨ ਦੇ ਵਿੱਚ ਵੱਧ ਕੇ ਕਬੱਡੀ ਪਾਉਂਦਾ ਹੈ। ਉਧਰ ਫਿਨਲੈਂਡੀਆ ਹੋਟਲ ਵਾਲੇ ਕਹਿੰਦੇ ਵੀ ਸਾਡੇ ਵੀਰਾਂ ਵੱਲੋਂ ਕਹਿੰਦੇ ਮੇਨ ਜਿਹੜੇ ਬੈਸਟ ਰੇਡਰ ਦੇ ਜਾਫੀ ਹੋਣੇ ਹੈ, ਟਰਾਫੀਆਂ ਸਪੋਂਸਰ ਕੀਤੀਆਂ ਗਈਆਂ, ਇਹਨਾਂ ਵੀਰਾਂ ਦਾ ਵੀ ਧੰਨਵਾਦ ਹੈ। ਇਧਰਲੇ ਪਾਸੇ ਜਿੰਨੇ ਦਰਸ਼ਕ ਵੀਰ ਪੁੱਜੇ ਹੈ ਸਾਰੇ ਆਏ ਹੋਏ ਵੀਰਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਜਿੰਨੇ ਵੀ ਸਾਡੇ ਦਰਸ਼ਕ ਵੀਰ ਦੂਰ ਦੁਰਾਡਿਆਂ ਤੋਂ ਇਹਨਾਂ ਮੈਚਾਂ ਨੂੰ ਤੱਕਣ ਦੇ ਲਈ ਪੁੱਜੇ ਹੋਏ ਹੈ। ਚੱਲ ਵੀ ਜਵਾਨਾ ਭਾਵੀ ਕਬੱਡੀ, ਇਸ ਸਮੇਂ ਨੌਜਵਾਨ ਅਗਲੀ ਕਬੱਡੀ ਗੀਤੂ ਦੇਖਦੇ ਵੀ ਖੇਡ ਮੈਦਾਨ ਦੇ ਵਿੱਚ ਨੌਜਵਾਨ ਉਤਮਾ ਸਰੀਰ ਹੈ,
ਇਸ ਸਮੇਂ ਭਾਈ ਵੀ ਕਬੱਡੀ ਹੈ ਦੇਖਣੇ ਵੀ ਚਾਰ ਜਾਫੀਆਂ ਦੇ ਵਿੱਚੋਂ ਕੌਣ ਗੱਭਰੂ ਇਸ ਸਮੇਂ ਜੱਫਾ ਲਾਵੇਗਾ ਪੈਂਦੀ ਕਬੱਡੀ ਵਾਹ ਦੇਖਦੇ ਵੀ ਇੱਕ ਪਾਸੇ ਮੁੰਡਾ ਉੱਧਰ ਪਿੰਡ ਦਾ ਉੱਡ ਗਈ ਧੂੜ ਪਾਉਂਦੇ ਨੇ ਜੂੜ ਲੈਂਦੇ ਨੇ ਨੂੜ ਤੇ ਹੰਦੇ ਦੂਰ ਵਾਲੀ ਗੱਲ ਹੈ ਪੁਆਇੰਟ ਜਾਫੀਆਂ ਦਾ ਇੱਧਰ ਸਾਡੇ ਬਾਬਾ ਜੀ ਸਤਿਕਾਰਯੋਗ ਨੇ ਪੰਜਾਬ ਦੇ ਹਰ ਖੇਡ ਮੇਲੇ ਤੇ ਭਾਈ ਘੜੇਏ ਦੀ ਚੱਲਦੀਆਂ ਸੇਵਾਵਾਂ ਨਿਭਾਉਂਦੇ ਹੈ ਇਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲਓ ਇਸ ਸਮੇਂ ਪੈਂਦੀ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਭਾਈ ਰੂਪੇ ਪਿੰਡ ਦਾ ਕਿਰਨੀ ਔਰ ਦੂਸਰੇ ਪਾਸੇ ਵੇਖਦੇ ਵੀ ਮੁੰਡਾ ਸੇਖੇ ਪਿੰਡ ਦਾ ਵਾਹ ਪੁਆਇੰਟ ਜਿਹੜਾ ਨੌਜਵਾਨ ਧਾਵੀ ਦਾ ਹੈ ਕਿ ਮੋਢੇ ਉੱਤੇ ਸ਼ੇਰ ਬੁੱਕਦਾ ਹੈ ਪਾਟੀ ਉੱਤੇ ਮੋਰ ਨੱਚਦਾ ਪਾਉਂਦਾ ਇਹ ਕਬੱਡੀ ਬੱਲੀਏ ਸਤਿਕਾਰਯੋਗ ਵੀਰ ਹੈ ਇੱਧਰ ਪੰਜਾਬ ਲਾਈਵ.com ਦੇ ਜਰੀਏ ਇਹਨਾਂ ਮੈਚਾਂ ਨੂੰ ਤੱਕ ਰਹੇ ਹੈ ਦੇਖਦੇ ਵੀ ਪੈਂਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਹੈਲੋ ਉਧਰ ਸਾਡੇ ਪ੍ਰਬੰਧਕ ਵੀਰ ਓਪਨ ਦੀਆਂ ਟਾਈਆਂ ਕੱਢਣ ਲੱਗੇ ਨੇ ਜੇ ਵੀ ਕਿਸੇ ਖਿਡਾਰੀ ਨੂੰ ਕੋਈ ਸ਼ੱਕ ਹੋਵੇ ਤਾਂ ਚੈੱਕ ਕਰ ਸਕਦਾ ਉਧਰ ਪ੍ਰਬੰਧਕ ਵੀਰ ਓਪਨ ਭਾਰ ਬਲਕ ਦੀਆਂ ਟਾਈਆਂ ਕੱਢਣ ਲੱਗੇ ਨੇ ਲਓ ਇੱਧਰ ਮੈਚ ਜਿਹੜਾ ਖੇਡ ਮੈਦਾਨ ਦੇ ਵਿਚਕਾਰ ਖੇਡਿਆ ਗਿਆ ਇਸ ਮੁਕਾਬਲੇ ਦੇ ਵਿੱਚ ਔਗੜਾ ਦੀ ਟੀਮ ਜਿਹੜੀ ਜੇਤੂ ਰਹੀ ਹੈ ਔਗੜ ਦੀ ਟੀਮ 15.5 ਦੇ ਮੁਕਾਬਲੇ ਸੇਖੇ ਦੇ 4 ਪੁਆਇੰਟ ਹੈ ਇਸ ਮੈਚ ਦੇ ਵਿੱਚ ਔਗੜ ਦੀ ਟੀਮ ਜਿਹੜੀ ਜੇਤੂ ਰਹੀ ਹੈ ਇਧਰਲੇ ਬੰਨੇ ਵੇਖਦੇ ਵੀ ਨੌਜਵਾਨ ਬੁੱਟਰ ਵਾਲਾ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਿਹਾ ਹੈ ਪੋਲੀਓ ਦਾ ਸ਼ਿਕਾਰ ਹੈ ਰੋਜੀ ਰੋਟੀ ਇਹਨਾਂ ਖੇਡ ਮੇਲਿਆਂ ਦੇ ਵਿੱਚੋਂ ਚੱਲਦੀ ਹੈ 70 ਕਿਲੋ ਵੇਟ ਦੀ ਜਿਹੜੀ ਬੈਂਚ ਪ੍ਰੈਸ ਲਾ ਕੇ ਦਿਖਾ ਰਿਹਾ ਹੈ ਤੁਸੀਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਇਸ ਨੌਜਵਾਨ ਦੇ ਨਾਂ ਤੇ ਔਰ ਬਾਅਦ ਦੇ ਵਿੱਚ ਦਰਸ਼ਕਾਂ ਦੀ ਕਚਹਿਰੀ ਵਿੱਚ ਵੀ ਚੱਕਰ ਲਾਵੇਗਾ ਸਾਰਿਆਂ ਨੇ ਜ਼ਰੂਰ ਮਾਣ ਪਿਆਰ ਬਖਸ਼ਣਾ ਹੈ ਨਾਲ ਹੀ ਮੇਰੀ ਬੇਨਤੀ ਹੈ ਜਿਹੜੇ ਵੀਰਾਂ ਦੀ ਡਿਊਟੀ ਹੈ ਕਿਰਪਾ ਕਰਕੇ ਖੇਡ ਮੈਦਾਨ ਦੇ ਵਿੱਚ ਪਾਣੀ ਦਾ ਛਿੜਕਾਅ ਕਰ ਦਿੱਤਾ ਜਾਵੇ ਔਰ ਕਬੱਡੀ ਓਪਨ ਦੀਆਂ ਜਿਹੜੀਆਂ ਟਾਈਆਂ ਨਿਕਲਣ ਜਾ ਰਹੀਆਂ ਹੈ ਜਿਵੇਂ ਜਿਵੇਂ ਅਸੀਂ ਟੀਮਾਂ ਨੂੰ ਕਾਲ ਕਰਾਂਗੇ ਮੇਰੇ ਵੀਰ ਸਮੇਂ ਨੂੰ ਹਿਸਾਬ ਦੇ ਵਿੱਚ ਰੱਖਦੇ ਹੋਏ ਤੁਸੀਂ ਗਰਾਊਂਡ ਦੇ ਵਿੱਚ ਪੁੱਜ ਜਾਣਾ ਹੈ ਇਧਰਲੇ ਪਾਸੇ ਫੁੱਟ ਵਾਲੇ ਨੌਜਵਾਨ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਹੈ ਹੁਣ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਚੱਕਰ ਲਾਵੇਗਾ ਸਾਰਿਆਂ ਨੇ ਜ਼ਰੂਰ ਮਾਣ ਪਿਆਰ ਬਖਸ਼ਣਾ ਹੈ ਕਬੱਡੀ ਓਪਨ ਦੇ ਜਿਹੜੀਆਂ ਟਾਈਆਂ ਨਿਕਲ ਜਾ ਰਹੀਆਂ ਹੈ
ਕਬੱਡੀ ਓਪਨ ਟਾਈਆਂ ਜਿਹੜੀਆਂ ਪਹਿਲਾ ਮੈਚ ਕਬੱਡੀ ਓਪਨ ਦਾ ਮੇਰੀ ਬੇਨਤੀ ਹੈ ਟੀਮਾਂ ਦੇ ਪਲੇਅਰਾਂ ਨੂੰ ਵੀ ਟਾਈਮ ਕਾਫੀ ਹੋ ਗਿਆ ਵੀਰ ਕੋਈ ਵੀ ਮੈਚ ਅੱਗੇ ਪਿੱਛੇ ਕਰਵਾਉਣ ਨਾ ਆਵੇ ਇਹ ਪਹਿਲਾਂ ਹੀ ਹੱਥ ਬੰਨ ਕੇ ਬੇਨਤੀ ਹੈ ਪਹਿਲਾ ਮੈਚ ਫਤਿਹਗੜ੍ਹ ਵਰਸਿਜ ਨੱਥੋਗੇ ਹੈਲੋ ਵੀਰ ਜੀ ਬੇਨਤੀ ਆ ਫਤਿਹਗੜ੍ਹ ਵਰਸੀ ਨੱਥੋਗੇ ਜਿਹੜਾ ਪਹਿਲਾ ਮੈਚ ਕਬੱਡੀ ਓਪਨ ਦਾ ਖੇਡਿਆ ਜਾਣਾ ਹੈ ਦੂਜਾ ਮੈਚ ਸਾਹਿਬ ਵਾਲਾ ਵਰਸੀ ਰਾਉਕੇ ਕਲਾਂ ਮਾਣੂਕੇ ਗਿੱਲ ਵਰਸੀ ਗੋਰਸੀਆਂ ਪੀਰ ਤੀਜਾ ਮੈਚ ਮਾਣੂਕੇ ਗਿੱਲ ਵਰਸੀ ਗੋਰਸੀਆਂ ਪੀਰ ਚੌਥਾ ਮੈਚ ਬਾਬਾ ਕਰਮ ਸਿੰਘ ਜੀ ਕਲੱਬ ਬਿੰਦਗੜ੍ਹ ਵਰਸੀ ਬਾਪੂ ਹੀਰਾ ਲਾਲ ਕਲੱਬ ਦੋਦਰ ਉਸ ਤੋਂ ਬਾਅਦ ਰਾਲਾ ਕਲੱਬ ਦੋਦਰ ਵਰਸੀ ਜਦਾਹੂਰ ਘੱਲ ਕਲਾਂ ਬੀ ਵਰਸੀ ਰੱਜੀ ਵਾਲਾ ਘੰਡਾ ਬੰਨਾ ਵਰਸੀ ਚੂੜਚਕ ਔਰ ਉਸ ਤੋਂ ਬਾਅਦ ਹਰਗੋਬਿੰਦ ਕਲੱਬ ਸਨੇਰ ਨੇ ਖੇਡਣਾ ਮਾਲਾ ਕਲਾਂ ਦੇ ਨਾਲ ਲੰਡੇ ਵਰਸੀ ਮੀਣੀਆਂ ਖੋਸਾ ਰਣਧੀਰ ਵਰਸੀ ਬਾਬਾ ਖੁਸ਼ਹਾਲ ਸਿੰਘ ਜੀ ਕਲੱਬ ਦੋਦਰ ਕਿਸ਼ਨਪੁਰਾ ਵਰਸੀ ਘਲਕਾਂ ਏ ਮੇਰੀ ਬੇਨਤੀ ਹੈ ਫਤਿਹਗੜ੍ਹ ਤੇ ਨੱਥੋਕੇ ਸਾਹਿਬ ਵਾਲਾ ਤੇ ਰਾਉਕੇ ਕਲਾਂ ਗੋਰਸੀਆਂ ਪੀਰ ਤੇ ਮਾਣੂਕੇ ਗਿੱਲ ਬਾਬਾ ਕਰਮ ਸਿੰਘ ਜੀ ਕਲੱਬ ਬਿੰਦਗੜ੍ਹ ਵਰਸੀ ਬਾਪੂ ਹੀਰਾ ਲਾਲ ਕਲੱਬ ਦੋਦਰੇ ਪਹਿਲੇ ਚਾਰ ਮੈਚਾਂ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆਉਣ
ਫਤਿਹਗੜ੍ਹ ਵਰਸੀ ਜਨੱਥੋਗੇ ਦੋਨੋਂ ਹੀ ਟੀਮਾਂ ਨੂੰ ਮੇਰੀ ਬੇਨਤੀ ਹੈ ਜਲਦੀ ਦੇ ਨਾਲ ਨਾਲ ਹੀ ਪਾਣੀ ਦਾ ਛਿੜਕਾਅ ਕਰ ਦਿੱਤਾ ਜਾਵੇ ਜੀ। ਇਧਰ ਗੁਰਨੈਬ ਸਿੰਘ ਜੀ ਸੰਧੂ ਸਾਰੇ ਹੀ ਸਾਡੇ ਕਮੈਂਟੇਟਰ ਵੀਰਾਂ ਦੇ ਲਈ ਇੱਕ 100 ਰੁਪਏ ਦੇ ਮਾਨ ਪਿਆਰ ਭੇਜਦੇ ਆ, ਮਿਹਰਬਾਨੀ ਹੈ। ਇਧਰ ਨੌਜਵਾਨ ਲੰਡੇ ਪਿੰਡ ਹੈ, ਇਧਰ ਨੌਜਵਾਨ ਆਪਣੀ ਕਲਾ ਦਾ ਪ੍ਰਦਰਸ਼ਨ ਕਰੇਗਾ, ਛਾਤੀ ਦੇ ਉੱਪਰ ਇੱਟਾਂ ਬੰਨ ਕੇ ਦਿਖਾਵੇਗਾ। ਤੁਸੀਂ ਇਹਨੂੰ ਵੀ ਜ਼ਰੂਰ ਮਾਣ ਪਿਆਰ ਬਖਸ਼ਣਾ ਹੈ। ਅੱਜ ਸਾਰੇ ਵੱਖੋ ਵੱਖਰੇ ਰੰਗ ਭਰੇ ਜਾ ਰਹੇ ਹੈ। ਮੇਰੀ ਬੇਨਤੀ ਹੈ ਪ੍ਰਬੰਧਕ ਕਮੇਟੀ ਨੂੰ ਕਿਰਪਾ ਕਰਕੇ ਜਿਹੜੀ ਆਪਣੀ ਕਬੱਡੀ ਓਪਨ ਦੇ ਮੈਚਾਂ ਦੀ ਲਿਸਟ ਹੈ ਉਹ ਲਿਸਟ ਬਣਾ ਕੇ ਦੇ ਦਿਓ ਮੇਰੇ ਵੀਰ, ਤਾਂ ਜੋ ਆਪਾਂ ਸਮੇਂ ਸਿਰ ਟੀਮਾਂ ਨੂੰ ਆਵਾਜ਼ ਮਾਰ ਸਕੀਏ ਤੇ ਮੈਚ ਸਟਾਰਟ ਕਰਵਾ ਸਕੀਏ। ਇਧਰ ਲੰਡਿਆਂ ਵਾਲਾ ਵੀ ਨੌਜਵਾਨ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਿਹਾ ਸਟੇਜ ਦੇ ਬਿਲਕੁਲ ਸਾਹਮਣੇ, ਤੁਸੀਂ ਇਹਦੀ ਵੀ ਕਲਾ ਦਾ ਆਨੰਦ ਮਾਨਣਾ ਹੈ। ਨਾਲ ਹੀ ਸਾਡਾ ਵੀਰ ਗੁਰਦਰਸ਼ਨ ਗੋਲੂ ਗੱਜਣ ਵਾਲਾ ਇੰਟਰਨੈਸ਼ਨਲ ਕਬੱਡੀ ਪਲੇਅਰ, ਉਹ ਵੀ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਪੁੱਜਿਆ, ਧੰਨਵਾਦ ਕਰਦੇ ਹਾਂ। ਇਧਰ ਲੰਡਿਆਂ ਵਾਲੇ ਨੌਜਵਾਨ ਨੇ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ, ਉਹ ਵੀ ਚੱਕਰ ਲਾਵੇਗਾ। ਪਰ ਨਾਲ ਹੀ ਇਧਰ ਬੁੱਟਰ ਵਾਲਾ ਪੋਲੀਓ ਦਾ ਸ਼ਿਕਾਰ ਹੈ ਨੌਜਵਾਨ, ਉਹ ਵੀ ਦਰਸ਼ਕਾਂ ਦੀ ਕਚਹਿਰੀ ਵਿੱਚ ਚੱਕਰ ਲਾ ਰਿਹਾ ਹੈ। ਸਾਰਿਆਂ ਨੇ ਜ਼ਰੂਰ ਮਾਣ ਪਿਆਰ ਬਖਸ਼ਣਾ ਹੈ।
ਬੇਨਤੀ ਹੈ ਜਿਹੜੇ ਸਾਡੇ ਵੀਰ ਦੀ ਡਿਊਟੀ ਹੈ ਕਿਰਪਾ ਕਰਕੇ ਪਾਣੀ ਦਾ ਛਿੜਕਾਅ ਕਰ ਦਿੱਤਾ ਜਾਵੇ ਜੀ ਗਰਾਊਂਡ ਵਿੱਚ। ਪਾਣੀ ਦੇ ਛਿੜਕਾਅ ਤੇ ਜਿਹੜੇ ਵੀਰ ਦੀ ਡਿਊਟੀ ਹੈ ਕਿਰਪਾ ਕਰਕੇ ਪਾਣੀ ਦਾ ਛਿੜਕਾਅ ਕਰ ਦਿੱਤਾ ਜਾਵੇ। ਸਾਹਿਬ ਵਾਲਾ ਵਾਰਸੀ ਜੇ ਰਾਉ ਕੇਗਲਾਂ ਦੋਨੋਂ ਟੀਮਾਂ ਨੂੰ ਸਿਰਫ 2 ਮਿੰਟ ਹੈ ਬਾਈ, ਸਿਰਫ ਤੇ ਸਿਰਫ 2 ਮਿੰਟ ਹੈ। ਨਾ ਹੋਵੇ ਸ਼ੁਰੂਆਤ ਹੀ ਤੁਸੀਂ ਕਿਤੇ ਸਕ੍ਰੈਚ ਤੋਂ ਕਰਾ ਦਿਓ। ਸਾਹਿਬ ਵਾਲਾ ਵਾਰਸੀ ਜੇ ਰਾਉ ਕੇਗਲਾਂ ਦੋਨੋਂ ਟੀਮਾਂ 2 ਮਿੰਟ ਦੇ ਵਿੱਚ ਵਿੱਚ ਗਰਾਊਂਡ ਦੇ ਵਿੱਚ ਚਾਹੀਦੀਆਂ ਵੀਰੇ। ਪਾਣੀ ਵਾਲੇ ਵੀਰ ਨੂੰ ਬੇਨਤੀ ਹੈ ਵੀ ਪਾਣੀ ਗਰਾਊਂਡ ਦੇ ਵਿੱਚ ਛਿੜਕ ਦੇਵੇ। ਪਾਣੀ ਵਾਲੇ ਵੀਰ ਨੂੰ ਬੇਨਤੀ ਹੈ ਜਿਹੜੇ ਵੀਰ ਦੀ ਡਿਊਟੀ ਹੈ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਪਾਣੀ ਦਾ ਛਿੜਕਾਅ ਕੀਤਾ ਜਾਵੇ। ਸਾਹਿਬ ਵਾਲਾ ਵਾਰਸੀ ਰਾਉ ਕੇਗਲਾਂ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਜਲਦੀ ਦੇ ਨਾਲ ਟੀਮਾਂ ਜਿਹੜੀਆਂ ਗਰਾਊਂਡ ਵਿੱਚ ਆ ਜਾਣ। ਸਾਹਿਬ ਵਾਲਾ ਵਾਰਸੀ ਰਾਉ ਕੇਗਲਾਂ ਪਹਿਲਵਾਨ ਜਲਦੀ ਦੇ ਨਾਲ ਪੁੱਜ ਜਾਓ ਮੇਰੇ ਵੀਰ। ਸਾਹਿਬ ਵਾਲਾ ਵਾਰਸੀ ਰਾਉ ਕੇਗਲਾਂ ਕਬੱਡੀ ਓਪਨ ਦਾ ਜਿਹੜਾ ਪਹਿਲਾ ਮੈਚ ਖੇਡਿਆ ਜਾਣਾ ਹੈ। ਨਾਲ ਹੀ ਜੇਕਰ ਕੋਈ ਟੀਮ ਐਂਟਰ ਹੋਣ ਵੱਲੋਂ ਰਹਿੰਦੀ ਹੈ ਤਾਂ ਕਬੱਡੀ ਓਪਨ ਦੀ ਆਪਣੀ ਐਂਟਰੀ ਫੀਸ ਤੁਸੀਂ ਪਹੁੰਚਦੀ ਕਰ ਦਿਓ ਜਲਦੀ ਦੇ ਨਾਲ। ਸਾਹਿਬ ਵਾਲਾ ਵਰਸੀ ਰਾਉ ਕੇਗਲਾਂ ਦੋਨੋਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ। ਸਾਹਿਬ ਵਾਲਾ ਵਰਸੀ ਰਾਉ ਕੇਗਲਾਂ ਬਾਬਾ ਕਰਮ ਸਿੰਘ ਜੀ ਕਲੱਬ ਇੰਦਗੜ੍ਹ ਤੇ ਬਾਪੂ ਹੀਰਾ ਲਾਲ ਕਲੱਬ ਦੌਦਰ, ਇੰਦਗੜ੍ਹ ਤੇ ਦੌਦਰ ਚੂੜ ਚੱਕ ਤੇ ਘੰਡਾ ਬੰਨਾ, ਰਾਣਾ ਕਲੱਬ ਦੌਦਰ ਤੇ ਦਦਾਹੂਰ, ਘਾਲਕਲਾਂ ਬੀ ਤੇ ਰੱਜੀ ਵਾਲਾ, ਹਰਗੋਬਿੰਦ ਕਲੱਬ ਸੁਨੇਰ ਤੇ ਮਾਲਾਗਲਾਂ, ਲੰਡੇ ਤੇ ਮੀਨੀਆਂ, ਖੋਸਾ ਰਣਧੀਰ ਤੇ ਬਾਬਾ ਖੁਸ਼ਹਾਲ ਕਲੱਬ ਚੜਿੱਕ, ਹੈਲੋ ਨਾਲ ਹੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜਿਨ੍ਹਾਂ ਵੀਰਾਂ ਨੇ ਸਾਨੂੰ ਵੱਡੇ ਮਾਣ ਦਿੱਤੇ ਨੇ, ਸਰਦਾਰ ਗੁਰਦੈਵ ਸਿੰਘ ਜੀ ਸੰਧੂ ਸਾਹਿਬ, ਸੀਨੀਅਰ ਮੀਤ ਪ੍ਰਧਾਨ ਮੋਗਾ ਜ਼ਿਲ੍ਹਾ ਵੱਲੋਂ 21,000 ਰੁਪਏ ਦੀ ਸਾਨੂੰ ਰਾਂਚੀ ਪੁੱਜੀ ਇਸ ਟੂਰਨਾਮੈਂਟ ਦੇ ਲਈ ਬਹੁਤ ਬਹੁਤ ਧੰਨਵਾਦ ਹੈ। ਉੱਥੇ ਧੰਨਵਾਦ ਕੀਤਾ ਜਾ ਰਿਹਾ, ਭਗਤ ਰਾਵਣ ਕੰਪਨੀ 11,000 ਰੁਪਏ ਭੇਜ ਰਹੇ ਨੇ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਾਰੇ ਹੀ ਅਕਾਲ ਸਰ ਯੂਥ ਕਲੱਬ ਦੇ ਆਰਗਨਾਈਜ਼ਰ ਵੀਰਾਂ ਵੱਲੋਂ, ਉੱਥੇ ਰਾਮ ਸਿੰਘ ਜੀ ਗਿੱਲ ਸਾਹਿਬ NRI, ਜਗਿੰਦਰ ਸਿੰਘ ਜੀ ਗਿੱਲ ਸਾਹਿਬ ਪੁੱਜੇ ਨੇ ਸਟੇਜ 'ਤੇ, MC ਸਾਹਿਬ ਉਹਨਾਂ ਦੇ ਵੀ ਇੱਥੇ ਪੁੱਜਣ 'ਤੇ ਬਹੁਤ ਬਹੁਤ ਧੰਨਵਾਦ ਜੀ। ਆਨ ਵੈਲਕਮ, ਸਲਾਮੇ ਮੁਹੱਬਤ। ਹੈਲੋ, ਨਾਲ ਹੀ ਮੇਰੀ ਬੇਨਤੀ ਹੈ ਸਾਰੀਆਂ ਟੀਮਾਂ ਆਪੋ ਆਪਣੇ ਮੈਚ ਮੇਰੇ ਵੀਰ ਸੁਣ ਲਓ। ਪਹਿਲਾ ਮੈਚ ਸਾਹਿਬ ਵਾਲਾ ਵਾਰਸੀ ਜੋ ਰਾਉ ਕੇਗਲਾਂ
ਨਾਲ ਹੀ ਧੰਨਵਾਦ ਪ੍ਰਭਜੀਤ ਸਿੰਘ ਜੀ, ਬਾਬੀ ਕਲੇਰ ਜੀ, ਉਹਨਾਂ ਵੱਲੋਂ ਅਕਾਲ ਸਰ ਤੇ ਪੁੱਜੇ ਨੇ, ਬਹੁਤ ਬਹੁਤ ਧੰਨਵਾਦ। ਪੂਰਨ ਸਿੰਘ ਜੀ ਨੰਬਰਦਾਰ ਸਾਹਿਬ ਕਾਟ ਸਰ ਤੇ ਅਵਤਾਰ ਸਿੰਘ ਜੀ ਕਲੇਰ ਸਾਹਿਬ ਸਾਡੀ ਕਲੱਬ ਦੇ ਪ੍ਰੈਜੀਡੈਂਟ ਨੇ, 51 ਸਰ ਤੇ ਦੇ ਵੱਡੇ ਮਾਨ ਪੁੱਜੇ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਬੋਲਣ ਦੇ ਵਿੱਚ ਪਹਿਲਾਂ ਸਾਡੇ ਇੱਧਰ ਮਿਸਟੇਕ ਹੋਈ ਹੈ, ਇਹ ਸਾਹਿਬ ਵਾਲਾ ਨਹੀਂ ਜੀ, ਇਹ ਸ਼ਾਹ ਵਾਲਾ ਹੈ, ਜੀਰੇ ਦੇ ਲਾਗੇ ਪਿੰਡ ਹੈ ਸ਼ਾਹ ਵਾਲਾ, ਤੇ ਸ਼ਾਹ ਵਾਲੇ ਦੀ ਟੀਮ ਆ ਗਈ ਵੀਰ। ਸ਼ਾਹ ਵਾਲੇ ਦੀ ਟੀਮ ਗਰਾਊਂਡ ਵਿੱਚ ਆ ਗਈ ਹੈ। ਰਾਉਕੇ ਕਲਾਂ ਜੀ, ਰਾਉਕੇ ਕਲਾਂ ਦੀ ਟੀਮ ਨੂੰ ਮੇਰੀ ਬੇਨਤੀ ਹੈ, ਇਧਰ ਰਾਉਕੇ ਕਲਾਂ, ਇਧਰ ਦਰਬਾਰ ਜੀ, 40 ਸਾਲਾ ਗੱਭਰੂ ਵੀ ਪੁੱਜ ਗਏ ਨੇ, ਆਪਾਂ ਇਹਨਾਂ ਦਾ ਵੀ ਸ਼ੋਅ ਮੈਚ ਤੱਕਣਾ, ਉੱਥੇ ਪੰਜਾਬ ਦੀਆਂ ਮੁਟਿਆਰਾਂ ਦਾ ਵੀ ਇੱਕ ਜਿਹੜਾ ਆਪਾਂ ਸ਼ੋਅ ਮੈਚ ਤੱਕਾਂਗੇ ਖੇਸ ਖੇਡ ਮੇਲੇ ਤੇ, ਸਾਰੇ ਵੀਰਾਂ ਨੂੰ ਇੱਥੇ ਪੁੱਜਣ ਤੇ ਬੁਗਲਾ ਆ ਗਿਆ। ਬਹੁਤ ਵਧੀਆ ਮੈਚ ਹੋਣਾ ਕਬੱਡੀ, 40 ਸਾਲਾਂ ਦੇ ਗੱਭਰੂਆਂ ਦਾ, ਉੱਥੇ ਧੰਨਵਾਦ ਹੈ ਜਸਵਿੰਦਰ ਸਿੰਘ ਜੀ, ਸ਼ਿੰਦਾ ਬਰਾੜ ਜੀ, ਬਲਜੀਤ ਸਿੰਘ ਜੀ, ਨੰਬਰਦਾਰ ਸਾਹਿਬ, ਗੁਰਸ਼ਰਨ ਸਿੰਘ ਜੀ, ਵਿੱਕੀ ਕਲੇਰ 51 ਸਾਲ ਤੇ ਭੇਜ ਰਹੇ ਨੇ, ਬਹੁਤ ਬਹੁਤ ਧੰਨਵਾਦ। ਬਲਵੰਤ ਸਿੰਘ ਜੀ ਗਿੱਲ ਸਾਹਿਬ ਕਨੇਡਾ ਦੇਵੀ 51 ਸਾਲ ਰੁਪਏ, ਸਤਨਾਮ ਸਿੰਘ ਜੀ ਸੱਤਾ ਗਿੱਲ 51 ਸਾਲ ਰੁਪਏ ਦੇ ਵੱਡੇ ਮਾਣ ਭੇਜਦੇ ਨੇ, ਸਾਰੇ ਹੀ ਦਾਨੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਉੱਥੇ ਮਗਤਾਰ ਸਿੰਘ ਜੀ ਗਿੱਲ ਸਾਹਿਬ 51 ਸਾਲ ਰੁਪਏ, ਕੁਲਦੀਪ ਸਿੰਘ ਜੀ ਗਾਖਲ 51 ਸਾਲ ਰੁਪਏ, ਸੰਦੀਪ ਸੂਦ ਜੀ ਐਕਸ ਐਮ ਸੀ 51 ਸਾਲ ਰੁਪਏ, ਜਗਤਾਰ ਸਿੰਘ ਜੀ ਮੰਗੀ ਕਲੇਰ 51 ਸਾਲ ਰੁਪਏ, ਸਾਧੂ ਸਿੰਘ ਜੀ ਗਿੱਲ ਸਾਹਿਬ 51 ਸਾਲ ਰੁਪਏ। ਨਾਲ ਹੀ ਮੇਰੀ ਬੇਨਤੀ ਫਿਰ ਤੋਂ ਰਾਉਕੇ ਕਲਾਂ ਜੀ, ਰਾਉਕੇ ਕਲਾਂ, ਸਿਰਫ ਇੱਕ ਮਿੰਟ ਦਾ ਇੰਤਜ਼ਾਰ ਹੈ ਵੀਰ, ਰਾਉਕੇ ਕਲਾਂ। ਨਾਲ ਹੀ ਅਗਲਾ ਮੈਚ ਬਾਬਾ ਕਰਮ ਸਿੰਘ ਜੀ ਕਲਾਂ ਬਿੰਦਗੜ੍ਹ ਤੇ ਬਾਪੂ ਹੀਰਾ ਕਲਾਂ ਬਤੌਧਰ, ਕਰਮ ਸਿੰਘ ਜੀ ਕਲਾਂ ਬਿੰਦਗੜ੍ਹ ਤੇ ਬਾਪੂ ਹੀਰਾ ਲਾਲ ਕਲਾਂ ਬਤੌਧਰ, ਘੰਡਾ ਬੰਨਾ ਤੇ ਚੂਰ ਚੱਕ ਮਲਕ ਤੇ ਅਕਾਲ ਸਰ ਮੋਗਾ। ਨਾਲ ਹੀ ਉਸ ਤੋਂ ਬਾਅਦ ਰਾਣਾ ਕਲੱਬ ਦੋਦਰ ਤੇ ਦਿੱਤਾਹੂਰ, ਬਾਬਾ ਖੁਸ਼ਹਾਲ ਕਲੱਬ ਚੜਿੱਕ ਦੀ ਟੀਮ ਨੂੰ ਸਾਡੀ ਬੇਨਤੀ ਹੈ ਜੀ, ਆਪਣੀ ਐਂਟਰੀ ਫੀਸ ਪਹੁੰਚਦੀ ਕਰੋ ਕਬੱਡੀ ਓਪਨ ਦੀ ਟੀਮ। ਇਧਰ ਮੈਚ ਜਿਹੜਾ ਰਾਉਕੇ ਕਲਾਂ ਵਰਸਿਸ ਸ਼ਾਹ ਵਾਲੇ ਦੀਆਂ ਟੀਮਾਂ ਦਾ ਖੇਡ ਮੈਦਾਨ ਦੇ ਵਿਚਕਾਰ ਪਹਿਲਾ ਪਲੇਠਾ ਮੈਚ ਹੈ ਕਬੱਡੀ ਓਪਨ ਦਾ। ਨਾਲ ਹੀ ਮੇਰੀ ਬੇਨਤੀ ਇੰਦਗੜ੍ਹ ਬਾਬਾ ਕਰਮ ਸਿੰਘ ਜੀ ਕਲੱਬ ਬਿੰਦਗੜ੍ਹ ਵਰਸੀ ਬਾਪੂ ਹੀਰਾ ਸਿੰਘ ਜੀ ਕਲੱਬ ਦੋਦਰ, ਉਸ ਦੇ ਨਾਲ ਹੀ ਘੰਡਾ ਬੰਡਾ ਨੇ ਖੇਡਣਾ ਚੂਰ ਚੱਕ ਦੇ ਨਾਲ,
ਰਾਣਾ ਕਲੱਬ ਦੌਦਰ ਤੇ ਦਦਾਹੂਰ, ਘਾਲਕਲਾਂ ਬੀ ਤੇ ਰੱਜੀ ਵਾਲਾ, ਹਰਗੋਬਿੰਦ ਕਲੱਬ ਸੁਨੇਰ ਤੇ ਮਾਲਾ ਕਲਾਂ, ਲੰਡੇ ਤੇ ਮੀਣੀਆਂ, ਖੋਸਾ ਰਣਧੀਰ ਤੇ ਬਾਬਾ ਖੁਸ਼ਹਾਲ ਕਲੱਬ, ਚੜੇ ਕਿਸ਼ਨਪੁਰਾ ਤੇ ਘਾਲਕਲਾਂ ਏ, ਫਤਿਹਗੜ੍ਹ ਤੇ ਨੱਥੋ ਕੇ, ਮਾਣੂ ਕੇ ਗਹਿਲੇ ਵਰਸੀ ਗੋਰ ਸੀਆ ਪੀਰ, ਸਟੇਜ ਵਾਲੇ ਪਾਸੇ ਟੀਮ ਸ਼ਾਹ ਵਾਲੇ ਦੀ, ਦੂਸਰੇ ਪਾਸੇ ਟੀਮ ਜਿਹੜੀ ਰਾਉ ਕੇਕਲਾਂ ਦੀ। ਇਧਰਲੇ ਬਣੇ ਵੇਖਦੇ ਵੀ ਨੌਜਵਾਨ ਰਾਉ ਕੇ ਵਾਲਾ ਕਬੱਡੀ ਪਾ ਰਿਹਾ, ਪਹਿਲਾਂ 1.5 ਪੁਆਇੰਟ ਜਿਹੜਾ ਰਾਉ ਕੇਕਲਾਂ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਚੱਲ ਵੀ ਜਵਾਨਾ ਪਾ ਵੀ ਕਬੱਡੀ। ਇੰਦਗੜ੍ਹ ਤੇ ਦੌਦਰ, ਬਾਪੂ ਹੀਰਾ ਕਲੱਬ ਦੌਦਰ ਤੇ ਬਾਬਾ ਕਰਮ ਸਿੰਘ ਜੀ ਕਲੱਬ ਇੰਦਗੜ੍ਹ, ਇਹਨਾਂ ਦੋਨੋਂ ਟੀਮਾਂ ਨੂੰ ਮੇਰੀ ਬੇਨਤੀ ਹੈ, ਨਾਲ ਹੀ ਘੰਟਾ ਬੰਨਾ ਤੇ ਚੂੜਚਾ ਰਾਣਾ ਕਲੱਬ ਦੌਦਰ ਤੇ ਦਦਾਹੂਰ, ਘਾਲਕਲਾਂ ਬੀ ਤੇ ਰੱਜੀ ਵਾਲਾ, ਹਰਗੋਬਿੰਦ ਕਲੱਬ ਸੁਨੇਰ ਤੇ ਮਾਲਾ ਕਲਾਂ, ਇਹ ਸਾਰੀਆਂ ਟੀਮਾਂ ਜਿਹੜੀਆਂ ਗਰਾਊਂਡ ਦੇ ਨੇੜੇ ਪੁੱਜ ਜਾਣ। ਇਧਰਲੇ ਬੰਨੇ ਵੇਖਦੇ ਵੀ ਰਾਉ ਕੇਕਲਾਂ ਦਾ ਨੌਜਵਾਨ ਗੱਭਰੂ ਇਸ ਸਮੇਂ ਕਬੱਡੀ ਪਾਉਂਦਾ ਹੈ। ਸ਼ਾਹ ਵਾਲਾ ਪਿੰਡ ਕਹਿੰਦੇ ਵੀ ਹੀਰੇ ਦਾ ਪਿੰਡ ਹੈ, ਜੀਰੇ ਦੇ ਬਿਲਕੁਲ ਲਾਗੇ ਵਸਿਆ ਪਿੰਡ ਹੈ ਤੇ ਪੁਆਇੰਟ ਆਲਮ ਵਾਲੇ ਪਿੰਡ ਦਾ ਅਜਮੇਰ ਨੌਜਵਾਨ ਫੈਸਲਾ ਕਰਦਾ ਹੈ ਵੀ ਪੁਆਇੰਟ ਰਾਉ ਕੇਕਲਾਂ ਦਾ। ਚੱਲ ਵੀ ਪਾ ਵੀ ਨੌਜਵਾਨਾਂ ਕਬੱਡੀ। ਇਧਰਲੇ ਬਣੇ ਵੇਖਦੇ ਹੈ ਨੌਜਵਾਨ ਸਿੰਘ ਇਜ਼ ਕਿੰਗ ਹੈ, ਸਿੰਘ ਸਰਦਾਰ ਗੱਭਰੂ ਕਬੱਡੀ ਪਾਉਂਦਾ ਹੈ। ਮੇਰੀ ਬੇਨਤੀ ਬਾਪੂ ਹੀਰਾ ਲਾਲ ਕਲੱਬ ਦੌਦਰ ਤੇ ਬਾਬਾ ਕਰਮ ਸਿੰਘ ਜੀ ਕਲੱਬ ਇੰਦਗੜ੍ਹ, ਦੋਨੋਂ ਟੀਮਾਂ ਗਰਾਊਂਡ ਦੇ ਨੇੜੇ ਆਓ, ਮਲਕ ਆਪਣਾ ਨਾਲ ਹੀ ਘੰਟਾ ਬੰਨਾ ਤੇ ਚੂੜ ਚੱਕ, ਘੰਟਾ ਬੰਨਾ ਤੇ ਚੂੜ ਚੱਕ ਦੀਆਂ ਟੀਮਾਂ, ਘੰਟਾ ਬੰਨਾ ਵਾਰਸੀ ਚੂੜ ਚੱਕ, ਰਾਣਾ ਕਲੱਬ ਦੌਦਰ ਤੇ ਦੱਬਾਹੂਰ, ਰਾਣਾ ਕਲੱਬ ਦੌਦਰ ਵਾਰਸੀ ਚ ਦੱਬਾਹੂਰ, ਘਾਲਕਲਾਂ ਬੀ ਤੇ ਰੱਜੀ ਵਾਲਾ, ਹਰਗੋਬਿੰਦ ਕਲੱਬ ਸੁਨੇਰ ਤੇ ਮਾਲਾ ਕਲਾਂ, ਇਹ ਸਾਰੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਪੁੱਜ ਜਾਣ, ਜਿਵੇਂ ਜਿਵੇਂ ਅਸੀਂ ਟੀਮਾਂ ਨੂੰ ਕਾਲ ਕਰਦੇ ਹਾਂ। ਇੰਦਗੜ੍ਹ ਬਾਬਾ ਕਰਮ ਸਿੰਘ ਜੀ ਕਲੱਬ ਤੇ ਬਾਪੂ ਹੀਰਾ ਲਾਲ ਕਲੱਬ ਦੌਦਰ, ਇਹਨਾਂ ਦੋਨੋਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਜਲਦੀ ਦੇ ਨਾਲ ਟੀਮਾਂ ਜਿਹੜੀਆਂ ਗਰਾਊਂਡ ਦੇ ਨੇੜੇ ਆ ਜਾਣ। ਮੇਰਾ ਵੀਰ ਬੱਬੀ ਕਲੇਰ ਜਿੱਥੇ ਵੀ ਆਵਾਜ਼ ਸੁਣਦਾ, ਕਿਰਪਾ ਕਰਕੇ ਸਾਡੇ ਨਾਲ ਆ ਕੇ ਸੰਪਰਕ ਕਰੇ ਬੱਬੀ ਕਲੇਰ। ਇਧਰਲੇ ਬਣੇ ਵੇਖਦੇ ਵੀ ਨੌਜਵਾਨ ਰਾਉਕੇ ਵਾਲਾ ਕਬੱਡੀ ਪਾਉਂਦਾ ਹੋਇਆ ਹੈ, ਪਰ ਦੂਸਰੇ ਪਾਸੇ ਨੌਜਵਾਨ ਗੱਭਰੂ ਸ਼ਾਹ ਵਾਲੇ ਪਿੰਡ ਦਾ, ਇਧਰਲੇ ਬਣੇ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜੁੜਦਾ ਹੋਇਆ ਹੈ। ਆਓ ਜੀ ਆਪਣਾ ਇੰਦਗੜ੍ਹ ਤੇ ਦੌਦਰ, ਇੰਦਗੜ੍ਹ ਬਾਬਾ ਕਰਮ ਸਿੰਘ ਜੀ ਕਲੱਬ ਇੰਦਗੜ੍ਹ, ਵਾਰਸੀ ਬਾਪੂ ਹੀਰਾ ਕਲੱਬ ਦੌਦਰ, ਘੰਟਾ ਬੰਨਾ ਤੇ ਚੂੜ ਚੱਕ, ਰਾਣਾ ਕਲੱਬ ਦੌਦਰ ਤੇ ਦੱਦਾਹੂਰ, ਘਾਲਕਲਾਂ ਬੀ ਤੇ ਰੱਜੀ ਵਾਲਾ, ਸੁਨੇਰ ਤੇ ਮਾਲਾ ਕਲਾਂ, ਲੰਡੇ ਤੇ ਮੀਣੀਆਂ, ਖੋਸਾ ਰਣਧੀਰ ਤੇ ਬਾਬਾ ਖੁਸ਼ਹਾਲ ਕਲੱਬ ਚੜਿੱਕ, ਇਹ ਸਾਰੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਗਰਾਊਂਡ ਦੇ ਨੇੜੇ ਆ ਜਾਣ ਜੀ। ਜਿੰਨੀਆਂ ਵੀ ਟੀਮਾਂ ਅਸੀਂ ਅਨਾਊਂਸ ਕਰਦੇ ਹਾਂ ਮੇਰੇ ਵੀਰ, ਸਮੇਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੁਸੀਂ ਗਰਾਊਂਡ ਦੇ ਵਿੱਚ ਪੁੱਜ ਜਾਣਾ ਹੈ। ਇਧਰਲੇ ਬਣੇ ਵੇਖਦੇ ਵੀ ਰਾਉਕੇ ਪਿੰਡ ਕਹਿੰਦੇ ਬੇਅੰਤ ਕੈਨੇਡਾ ਦੇ ਵਿੱਚ ਸੋਹਣਾ ਖੇਡਿਆ ਹੈ, ਔਰ ਖੈਰੇ ਵਰਗੇ ਪ੍ਰਸਿੱਧ ਖਿਡਾਰੀ ਹੈ ਬਿੰਦਰ ਵਰਗੇ, ਵੇਖਦੇ ਵੀ ਇਧਰ ਪੁਆਇੰਟ ਜਿਹੜਾ ਰਾਉਕੇ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੈ। ਚੱਲ ਵੀ ਜਵਾਨਾ ਪਾ ਵੀ ਕਬੱਡੀ। ਇੰਦਗੜ੍ਹ ਤੇ ਦੌਦਰ,
ਬਾਬਾ ਕਰਮ ਸਿੰਘ ਜੀ ਕਲੱਬ ਬਿੰਦਗੜ੍ਹ ਤੇ ਬਾਪੂ ਹੀਰਾ ਸਿੰਘ ਜੀ ਕਲੱਬ ਦੌਦਰ, ਘੰਡਾ ਬੰਨਾ ਤੇ ਚੂੜ ਚੱਕ ਰਾਣਾ ਕਲੱਬ ਦੌਦਰ ਤੇ ਦੱਦਾਹੂਰ, ਰੱਜੀ ਵਾਲਾ ਤੇ ਘਲਕਲਾਰੀ, ਹਰਗੋਬਿੰਦ ਕਲੱਬ ਸਨੇਰ ਤੇ ਮਾਲਾ ਕਲਾਂ, ਨੰਡੇ ਤੇ ਵਿਨੀਆਂ, ਖੋਸਾ ਰਣਧੀਰ ਤੇ ਬਾਬਾ ਖੁਸ਼ਹਾਲ ਕਲੱਬ ਚੜਿੱਕ, ਕਿਸ਼ਨਪੁਰਾ ਤੇ ਘਲਕਲਾਏ, ਫਤਿਹਗੜ੍ਹ ਤੇ ਨੱਥੋਕੇ, ਮਾਣੂਕੇ ਗੇਲੇ ਤੇ ਗੋਰਸੀਆਂ ਪੀਰ, ਇਹਨਾਂ ਸਾਰੀਆਂ ਟੀਮਾਂ ਨੂੰ ਬੇਨਤੀ ਹੈ ਗਰਾਊਂਡ ਦੇ ਨੇੜੇ ਰਹਿਣ ਜੀ। ਮੇਰੀ ਇੱਕ ਵਾਰੀ ਫਿਰ ਤੋਂ ਬੇਨਤੀ ਹੈ, ਜਿਹੜੇ ਵੀਰ ਦੀ ਡਿਊਟੀ, ਕਿਰਪਾ ਕਰਕੇ ਗਰਾਊਂਡ ਦੇ ਵਿੱਚ ਪਾਣੀ ਦਾ ਛਿੜਕਾਅ ਕੀਤਾ ਜਾਵੇ ਜੀ, ਪਾਣੀ ਦਾ ਛਿੜਕਾਅ ਜ਼ਰੂਰ ਕੀਤਾ ਜਾਵੇ। ਇਸ ਮੈਚ ਦੇ ਵਿੱਚੋਂ ਰਾਉਕੇ ਕਲਾਂ ਦੀ ਟੀਮ ਜੇਤੂ ਰਹੀ ਹੈ ਜੀ। ਰਾਉਕੇ ਕਲਾਂ ਦੀ ਟੀਮ ਜਿਹੜੀ ਜੇਤੂ ਰਹੀ ਹੈ ਇਸ ਚੱਲਦੇ ਹੋਏ ਮੁਕਾਬਲੇ ਦੇ ਵਿੱਚ। ਪਾਣੀ ਦਾ ਛਿੜਕਾਅ ਕਰ ਦਿੱਤਾ ਜਾਵੇ ਵੀਰ ਜੀ, ਪਾਣੀ ਦਾ ਛਿੜਕਾਅ, ਨਾਲ ਹੀ ਬਾਬਾ ਕਰਮ ਸਿੰਘ ਜੀ ਕਲੱਬ ਇੰਦਗੜ੍ਹ ਤੇ ਬਾਪੂ ਹੀਰਾ ਕਲੱਬ ਦੌਦਰ, ਇੰਦਗੜ੍ਹ ਤੇ ਦੌਦਰ ਵੀਰ ਦੋਨੋਂ ਟੀਮਾਂ ਇੱਕ ਮਿੰਟ ਦੇ ਵਿੱਚ ਵਿੱਚ ਗਰਾਊਂਡ 'ਚ ਆਉਣ, ਨਾਲ ਹੀ ਘੰਡਾ ਬੰਨਾ ਤੇ ਚੂੜ ਚੱਕ ਮਲਕ ਤੇ ਕਾਲਸਰ ਮੋਗਾ, ਰਾਣਾ ਕਲੱਬ ਦੌਦਰ ਤੇ ਦੱਦਾਹੂਰ, ਘਲਕਲਾਂ ਬੀਜ ਤੇ ਰੱਜੀ ਵਾਲਾ, ਹਰਗੋਬਿੰਦ ਕਲੱਬ ਸਨੇਰ ਤੇ ਮਾਲਾ ਕਲਾਂ, ਲੰਡੇ ਤੇ ਮੀਨੀਆਂ, ਖੋਸਾ ਰਣਧੀਰ ਤੇ ਬਾਬਾ ਖੁਸ਼ਹਾਲ ਕਲੱਬ ਚੜਿੱਕ, ਕਿਸ਼ਨਪੁਰਾ ਤੇ ਘਲਕਲਾਏ, ਫਤਿਹਗੜ੍ਹ ਤੇ ਨੱਥੋਕੇ, ਮਾਣੂਕੇ ਗੇਲੇ ਤੇ ਗੋਰਸੀਆਂ ਪੀਰ, ਮੇਰਾ ਵੀਰ ਬੂਟਾ ਖਾਨ ਆਲਮ ਵਾਲਾ ਇੱਧਰ ਗਰਾਊਂਡ ਦੇ ਵਿੱਚ ਆਵੇ, ਬੂਟਾ ਖਾਨ ਆਲਮ ਵਾਲਾ। ਇੰਦਗੜ੍ਹ ਦੀ ਟੀਮ, ਇੰਦਗੜ੍ਹ ਤੇ ਬਾਪੂ ਹੀਰਾ ਕਲੱਬ ਦੌਦਰ ਜੀ, ਦੋਨੋਂ ਟੀਮਾਂ ਘੰਡਾ ਬੰਨਾ ਤੇ ਚੂੜ ਚੱਕ, ਘੰਡਾ ਬੰਨਾ ਤੇ ਚੂੜ ਚੱਕ, ਮਲਕ ਤੇ ਕਾਲਸਰ ਮੋਗਾ, ਰਾਣਾ ਕਲੱਬ ਦੌਦਰ ਤੇ ਦੱਦਾਹੂਰ, ਘਲਕਲਾਂ ਬੀ ਤੇ ਰੱਜੀ ਵਾਲਾ, ਹਰਗੋਬਿੰਦ ਕਲੱਬ ਸਨੇਰ ਤੇ ਮਾਲਾ ਕਲਾਂ, ਲੰਡੇ ਤੇ ਮੀਨੀਆਂ, ਖੋਸਾ ਰਣਧੀਰ ਤੇ ਬਾਬਾ ਖੁਸ਼ਹਾਲ ਕਲੱਬ ਚੜਿੱਕ, ਕਿਸ਼ਨਪੁਰਾ ਤੇ ਘਲਕਲਾਏ, ਫਤਿਹਗੜ੍ਹ ਤੇ ਨੱਥੋਕੇ, ਮਾਣੂਕੇ ਗੇਲੇ ਤੇ ਗੋਰਸੀਆਂ ਪੀਰ, ਸਾਰੀਆਂ ਟੀਮਾਂ ਨੂੰ ਬੇਨਤੀ ਹੈ ਮੇਰੇ ਵੀਰ ਗਰਾਊਂਡ ਵੱਲ ਤਿਆਰੀਆਂ ਖਿੱਚ ਲਓ ਕਬੱਡੀ ਓਪਨ ਦੀਆਂ। ਹੈਲੋ, ਹੈਲੋ ਮੇਰੀ ਬੇਨਤੀ ਹੈ ਦੋਨੋਂ ਟੀਮਾਂ ਜਿਹੜੀਆਂ ਕਬੱਡੀ ਦੇ ਮੈਦਾਨ ਦੇ ਲਾਗੇ ਪੁੱਜਣ, ਬਾਬਾ ਕਰਮ ਸਿੰਘ ਇੰਦਗੜ੍ਹ